ਕੋਰੋਨਾ ਜਦ ਦੁਨੀਆ ਚ ਫੈਲਿਆ ਤਾਂ ਇੱਕ ਲੱਖ ਪੈਸੇ ਪੈ ਗਿਆ ਸਰਕਾਰਾਂ ਨੇ ਭੈਸ਼ੂ ਕਰਤਾ ਵੀ ਬਾਹਰ ਨਿਕਲੋ ਕਿਸੇ ਨੂੰ ਮਿਲੋ ਨਾ ਹੋਰ ਨਾ ਉਹ ਡਰ ਦੇ ਵਿੱਚ ਇਹ ਹੋ ਗਿਆ ਵੀ ਇਹਦਾ ਜੀ ਇਲਾਜ ਤਾਂ ਕੋਈ ਹੈ ਨਹੀਂ ਦਵਾਈਆਂ ਦੁਵਾਈਆਂ ਦੇ ਹੀ ਗਏ ਉਹਦਾ ਕੋਈ ਟ੍ਰੀਟਮੈਂਟ ਸਪੋਰਟਿਵ ਟ੍ਰੀਟਮੈਂਟ ਹਿੰਦਾ ਬਾਰਸਦਾ ਫਿਰ ਆ ਗਿਆ ਜੀ ਆਪਾਂ ਇਹਦੇ ਵਾਸਤੇ ਨਾ ਸਾਨੂੰ ਵੈਕਸੀਨ ਚਾਹੀਦਾ ਵੈਕਸੀਨ ਤੋਂ ਗੱਲ ਠੀਕ ਜਿਆਦੇ ਹੈ ਕੰਪਨੀਆਂ ਅੱਗੇ ਆ ਗਈਆਂ ਫਟਾਫਟੀ ਫਟਾਫਟੀ ਇਹਨਾਂ ਨੇ ਵੀ ਅਸੀਂ ਵੀ ਬਣਾਤਾ ਜੀ ਅਸੀਂ ਵੀ ਬਣਾਤਾ ਜੀ ਟੀਕਾ ਅਸੀਂ ਵੀ ਬਣਾਤਾ ਉਹ ਟੀਕਿਆਂ ਨੂੰ ਐਮਰਜੈਂਸੀ ਇਜਾਜ਼ਤ ਦਿੱਤੀ ਗਈ। ਐਮਰਜੈਂਸੀ ਇਜਾਜ਼ਤ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਉਹਦੇ ਜਿਹੜੇ ਟੈਸਟ ਕਰਨੇ ਸੀ ਵੀ ਇਹ ਮਨੁੱਖ ਦੇ ਉੱਤੇ ਲਾਇਆ ਜਾ ਸਕਦਾ ਹੈ ਇਹਦਾ ਫਾਇਦਾ ਉਹਦੇ ਉਨੇ ਸਖਤ ਟੈਸਟ ਜਿੰਨੇ ਵਿੱਚੋਂ ਦੀ ਨੰਕੇ ਕੋਈ ਦਵਾਈ ਪਾਸ ਹੁੰਦੀ ਆ ਉਹਨੇ ਨਹੀਂ ਕਰੇ ਜਾਂਦੀ। ਇਹਦੇ ਨਾਲ ਬਲੱਡ ਕਲੋਟ ਹੋ ਜਾਂਦਾ ਹੈ। ਇਹਦੇ ਨਾਲ ਲੋਕਾਂ ਨੂੰ ਹਾਰਟ ਅਟੈਕ ਹੋ ਰਹੇ ਨੇ, ਇਹਨਾਂ ਦਾ ਬ੍ਰੇਨ ਹੈਮਰੇਜ ਹੋ ਰਹੇ ਨੇ। ਇਹਨਾਂ ਨਾਲ ਬਹੁਤ ਸਾਰੀਆਂ ਹੋਰ ਅਲਰਜੀ ਵਗੈਰਾ ਹੋ ਰਹੀ ਹੈ। ਉਹ ਇਹਨਾਂ ਨੇ ਬੰਨਿਆ ਨਹੀਂ। ਕੰਪਨੀਆ ਬਿਲਕੁਲ ਨਾ ਕਰਦੀਆਂ। ਮੈਂ ਰਾਤ ਨੂੰ ਤਾਂ 11 ਵਜੇ ਸੋਚ ਲਿਆ ਵੀ ਮੈਂ ਇਹਨਾਂ ਨੂੰ ਈਮੇਲ ਕਰਕੇ ਪੁੱਛਦਾ ਵੀ ਤੁਸੀਂ ਕਰੋਨਾ ਨੂੰ ਕਿਵੇਂ ਪਰਮਿਸ਼ਨ ਦਿੱਤੀ ਕਿ 10 ਵਜੇ। ਮੈਂ ਉਹਨਾਂ ਨੂੰ ਈਮੇਲ ਕਰਦਾ ਤਿੰਨ ਵਾਰੀ ਉਹਨਾਂ ਦਾ ਜਵਾਬ ਆਇਆ 12 ਵਜੇ ਸੱਕ। ਰਾਤ ਦੇ 12 ਵਜੇ ਚੱਕ ਮੰਤਰੀ ਖੁਦ ਜਵਾਬ ਦੇਈਗਾ ਮੈਨੂੰ। ਜਦੋਂ ਨਾਲੀਆਂ 'ਚ ਸੰਭੋਸਸ ਹੋ ਗਿਆ ਉਹ ਜੋ ਠੁੱਟ-ਠੁੱਟ ਕੇ ਕਤੜੇ ਅੱਗੇ ਜਾਣਗੇ। ਉਹ ਐਂਬੂਲੈਂਸ ਹੋਗੇ ਉਹ ਐਂਬੂਲੈਂਸ ਜਿਹਨੇ ਮਰਜੀ ਜਬਰਕ ਜਬਰੀਕ ਹੋ ਜਾਦਾ ਹੋਗੇ ਇੱਕ ਲੱਖ ਤੇ ਤੁਹਾਡੇ ਫੇਫੜੇ ਦੀਆਂ ਨਾੜੀਆਂ ਚੱਲੇਗੇ ਤਾਂ ਉਹ ਤਾਂ ਸਾਹ ਚੜਾ ਦੇ ਕੇ ਬੰਦ ਕਰ ਦੇਣਗੇ ਫੇਫੜੇ ਨੂੰ ਸੋ ਉਹ ਜਿਹੜੀ ਸੀ ਇਹ ਮੰਦੇ ਨਹੀਂ ਸੀਗੇ ਹੁਣ ਇਹ ਮੰਨਣ ਲੱਗੇ ਹਾਂ ਇਹ ਹੋਇਆ ਹੈ ਇਹ ਵਾਇਰਸ ਆ ਸ ਹੈ ਇਹ ਵਾਇਰਸ ਜਿਹੜਾ ਹੈ ਇਹ ਤੁਹਾਡੇ ਪਲੇਟਾਂਟ ਵੀ ਘਟਾ ਸਕਦਾ ਇਹ ਤੁਹਾਡੀ ਸਮੈਦ ਬਲਕੇ ਕਹਿੰਦੇ ਆ ਵੀ ਜੇ ਤੁਹਾਡਾ ਟੇਸਟ ਬਦਲ ਜੇ ਜਾਂ ਟੇਸਟ ਤੁਹਾਨੂੰ ਆਵੇ ਨਾ ਜਾਂ ਤੁਹਾਡੀ ਸਮੈਦ ਖਤਮ ਹੋ ਜੇ ਤਾਂ ਪੱਕਾ ਟੇਸਟ ਹੋ ਜਾ ਕੇ ਵੀ ਕਿਤੇ ਕੋਰੋਨਾ ਨਾ ਹੋਵੇ ਸਸਿਕਾ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਵੈਸੇ ਤਾਂ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ ਖਾਸ ਕਰਕੇ ਜੇ ਇੰਡੀਆ ਦੀ ਗੱਲ ਕਰੀਏ ਭਾਰਤ ਦੀ ਗੱਲ ਕਰੀਏ ਇਸ ਟਾਈਮ ਲੋਕ ਸਭਾ ਚੋਣਾਂ ਜੜੀਆਂ ਉਹਦਾ ਪੂਰਾ ਦਾ ਪੂਰਾ ਪ੍ਰੋਸੈਸ ਚੱਲ ਰਿਹਾ ਹੈ ਹਜੇ ਜਿਹੜੇ ਉਮੀਦਵਾਰ ਨੇ ਉਹ ਮੈਦਾਨ ਚ ਉਤਰੇ ਹੋਏ ਹੈ ਪਰ ਦੇ ਵਿੱਚ ਇੱਕ ਵਿਸ਼ਵ ਲੈਵਲ ਤੋਂ ਇੱਕ ਡਿਫਰੈਂਟ ਜੀ ਖਬਰ ਆਈ ਹੈ ਜਿਹੜੇ ਕਿ ਪਿਛਲੇ ਸਾਲਾਂ ਵਿੱਚ ਇੱਕ ਆਈ ਬਿਮਾਰੀ ਜਿਹਨੇ ਕਿ ਸਾਰੇ ਦੇ ਸਾਰੇ ਵਿਸ਼ਵ ਨੂੰ ਖੌਫਨਾਕ ਤਰੀਕੇ ਦੇ ਨਾਲ ਜਕੜ ਲਿਆ ਸੀਗਾ ਉਸ ਦੀ ਗੱਲ ਫਿਰ ਤੋਂ ਤੁਰੀ ਹੈ ਇੰਗਲੈਂਡ ਦੀ ਇੱਕ ਅਦਾਲਤ ਦੇ ਵਿੱਚ ਕੋਵਾ ਸ਼ੀਲਡ ਜਿਹੜੀ ਕਿ ਕੰਪਨੀ ਫਾਰਮਾ ਕੰਪਨੀ ਨੇ ਬਣਾਈ ਸੀਗੀ ਜਿਹਨੇ ਕੋਵਾ ਸ਼ੀਲਡ ਉਹਨੇ ਆਪਣੀ ਇੱਕ ਐਡਮਿਸ਼ਨ ਕੀਤੀ ਹੈ ਉਹਨੇ ਅਦਾਲਤ ਦੇ ਵਿੱਚ ਕਿਹਾ ਹੈ ਕਿ ਕੋਵਾ ਸ਼ੀਲਡ ਜਿਹੜੀ ਸੀਗੀ ਉਸ ਦੇ ਨੁਕਸਾਨ ਹੋਏ ਨੇ ਮੌਤਾ ਹੋਈਆਂ ਨੇ ਉਸ ਦੇ ਨਾਲ ਟਟਸ ਦੇ ਅੰਡਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਈਆਂ ਨੇ ਬ੍ਰੇਨ ਹੈਮਰੇਜ ਦੀ ਉੱਥੇ ਗੱਲ ਆਈ ਹੈ ਔਰ ਹਾਰਟ ਅਟੈਕਸ ਦੀ ਹਾਰਟ ਕੰਜੈਸ਼ਨ ਦੀ ਗੱਲ ਹੈ ਇਹ ਬਹੁਤ ਸਾਰੇ ਗੱਲਾਂ ਆਈਆਂ ਨੇ ਮੀਨਸ ਕਿ ਕੋਵਾ ਸ਼ੀਲਡ ਜਿਹਨਾਂ ਨੇ ਲਗਵਾਈ ਦਵਾਈ ਔਰ ਖਾਸ ਕਰਕੇ ਇਹ ਗੱਲ ਆ ਰਹੀ ਕਿ ਭਾਰਤ ਦੇ ਵਿੱਚ ਇਹਦਾ ਜੈਬ ਬਹੁਤ ਵੱਡੇ ਸੰਖਿਆ ਦੇ ਵਿੱਚ ਲੱਗਿਆ ਸੀ ਬਹੁਤ ਸਾਰੇ ਲੋਕਾਂ ਨੇ ਕੋਵਾ ਸ਼ੀਲਡ ਹੀ ਲਗਵਾਈ ਸੀ ਤੇ ਉਸ ਦੇ ਵਿਚਕਾਰ ਐਦਾਂ ਦੇ ਕਿਉਂਕਿ ਇੱਕ ਇੰਗਲੈਂਡ ਦੇ ਵਿੱਚ ਜਿਹੜੀ ਆ ਗੱਲਬਾਤ ਆਈ ਆ ਜਾਂ ਫਾਰਮਾ ਕੰਪਨੀ ਜਿਹਨੇ ਜੋ ਮੰਨਿਆ ਉਹਦੇ ਵਿੱਚ ਕੁਝ ਕੁਇੰਜਾ ਲੋਗਾ ਨੇ ਉਥੇ ਇੱਕ ਪਟੀਸ਼ਨ ਪਾਈ ਸੀ ਜਿਨ੍ਹਾਂ ਨੂੰ ਕੁਝ ਕੀ ਦਿੱਕਤਾਂ ਪਰੇਸ਼ਾਨੀਆਂ ਆਈਆਂ ਸੀਗੀਆਂ ਕੋਵਿਡ ਦੇ ਬਾਅਦ ਪਰ ਉਹਦੇ ਅੱਗੇ ਜਿਸ ਤਰੀਕੇ ਦੀ ਐਡਮਿਸ਼ਨ ਐਸ ਫਾਰਮਾ ਕੰਪਨੀ ਨੇ ਕੀਤੀ ਹੈ ਅੱਜ ਕੋਵਾਸ਼ੀਲਡ ਨੂੰ ਇੱਕ ਵਾਰੀ ਫੇਰ ਤੋਂ ਗੱਲਬਾਤ ਚ ਲੈ ਕੇ ਆਵਾਂਗੇ ਨਾਲ ਹੀ ਅਸੀਂ ਖਾਸ ਤੌਰ ਤੇ ਕੋਵਿਡ 19 ਜਿਨੇ ਕੀ ਦੁਨੀਆ ਹਿਲਾ ਕੇ ਰੱਖ ਦਿੱਤੀ ਸੀ ਔਰ ਖਾਸ ਕਰਕੇ ਇਨਸਾਨਾਂ ਨੂੰ ਦਰਵਾزیاں دے اندر بند کر ਦਿੱਤਾ ਸੀ کراں دے وچ بند کر ਦਿੱਤਾ ਸੀ اور کئی موتاں وی ہویاں سی اور خوف اس بیماری دا ਐਨਾ ਸੀ ਕਿ پوری دنیا دہਲ ਗਈ ਸੀ ਐ ਲੱਗਾ ਸੀ ਕਿ سب کچھ ਰੁੱਕ ਗਿਆ اور سب کچھ ਖਤਮ ਹੋ ਗਿਆ اور ਐਤਾ ਕਦੀ ਵੀ ਨਹੀਂ ਸੀ ਲੱਗਦਾ ਕਿ ਦੁਬਾਰਾ ਬਹਾਲ ਹੋਏਗਾ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੇ ਇੱਕ ਵਾਰੀ ਫੇਰ ਤੋਂ ਨਜ਼ਰ ਮਾਰਨ ਲਈ ਅਸੀਂ ਡਾਕਟਰ ਪਿਆਰਾ لال ਗਰਗ ਹੋਰ ਕੋ ਲਾਏ ਆਂ ਔਰ ਅੱਜ ਤੱਕ ਬਿਲਕੁਲ ਹੀ ਉਹਨਾਂ ਦੇ ਮਨਪਸੰਦ ਵਿਸ਼ਾ ਹੈ ਕਿਉਂਕਿ ਉਹ ਡਾਕਟਰ ਨੇ ਬੇਸਿਕਲੀ ਤਾਂ ਐਲੋਪੈਥ ਜਿਹੜੀ ਹੈਗੀ ਇੱਕ ਪદ્ધਤੀ ਉਸ ਨੂੰ ਉਹ ਰਿਪਰੈਜ਼ੈਂਟ ਕਰਦੇ ਨੇ ਤੇ ਅੱਜ ਤਾਂ ਸ਼ਾਇਦ ਉਹਨਾਂ ਦੇ ਮਨਪਸੰਦ ਗੱਲ ਹੋਣ ਵਾਲੀ ਹੈ ਸਰ ਤੁਹਾਡੇ ਮਨਪਸੰਦ ਗੱਲ ਤਾਂ ਮੈਂ ਕਰਨ ਵਾਲੀਆਂ ਪਰ ਗੱਲ ਥੋੜੀ ਜੀ ਦਰਦਨਾਕ ਤੇ ਦੁਖਦਾਇਕ ਵੀ ਹੈਗੀ ਔਰ ਬੜੀ ਚਿੰਤਾਜਨਕ ਵੀ ਹੈਗੀ ਹੈ ਜਿੱਦਾਂ ਕਿ ਤੁਹਾਨੂੰ ਤਾਂ ਪਤਾ ਹੀ ਹੈ ਕਿ ਇੰਗਲੈਂਡ ਦੀ ਇੱਕ ਅਦਾਲਤ ਦੇ ਵਿੱਚ ਇਸ ਤਰੀਕੇ ਦੀ ਗੱਲ ਆਈ ਹੈ ਕਿ ਕੋਵੋ ਸ਼ੀਲ ਦੇ ਕਾਰਨ ਉਹ ਫਾਰਮਾ ਕੰਪਨੀ ਨੇ ਮੰਨ ਛੱਡਿਆ ਹੈ ਕਿ ਹਾਂ ਮੌਤਾਂ ਵੀ ਹੋਈਆਂ ਔਰ ਨੁਕਸਾਨ ਵੀ ਹੋਏ ਉਹਦੇ ਨਾਲ ਲੋਕਾਂ ਦੇ ਬ੍ਰੇਨ ਹੈਮਰੇਜ ਔਰ ਖਾਸ ਕਰਕੇ ਠੱਕੇ ਜਿਹੜੇ ਬਲੱਡ ਦੇ ਉਦੋਂ ਵੀ ਉਹ ਗੱਲਾਂ ਵਿੱਚ ਵਿਚਾਰੀਆਂ ਸੀ ਕਿ ਬਲੱਡ ਦੇ ਠੱਕੇ ਬਣ ਕੇ ਲੋਕਾਂ ਦੇ ਲੰਗਸ ਤੇ ਕਿਡਨੀਜ਼ ਤੇ ਲਿਵਰ ਤੇ ਕਾਫੀ ਜਿਹੜਾ ਹੈਗੇ ਪ੍ਰਭਾਵ ਛੱਡਿਆ ਔਰ ਸਰੀਰ ਦੇ ਪਾਰਟਸ ਦੇ ਵਿੱਚ ਠੱਕੇ ਜੰਮੇ ਨੇ ਤੇ ਇਹ ਸਾਰਾ ਕੀ ਹੈਗੀ ਹੈ ਤੁਹਾਡੇ ਅਨੁਸਾਰ ਤੁਸੀਂ ਖਬਰ ਦੇਖੀ ਸੁਣੀ ਪੜ੍ਹੀ ਹੋਏਗੀ ਉਹਨੂੰ ਐਕਸਪਲੇਨ ਥੋੜਾ ਜਿਆ ਕਰੋ ਵੀ ਕਿਸ ਤਰੀਕੇ ਦੀ ਗੱਲ ਆਈ ਹੈ ਸਾਹਮਣੇ ਦੇਖੋ ਗੱਲ ਇਹ ਹੈ ਵੀ ਜਦ कोरोना ਬਈ ਨਾ ਮੈਂ ਇੱਕ ਗੱਲ ਕਹਿਣਾ ਵੀ ਕੋਰੋਨਾ ਜਦ ਦੁਨੀਆ ਚ ਫੈਲਿਆ ਤਾਂ 1 ਲੱਖ ਪੈਸੇ ਪੈ ਗਿਆ ਜੀ ਸਰਕਾਰਾਂ ਨੇ ਪੈਸੇ ਸ਼ੁਰੂ ਕਰਤਾ ਵੀ ਬਾਹਰ ਨਾ ਨਿਕਲੋ ਕਿਸੇ ਨੂੰ ਮਿਲੋ ਨਾ ਖੁਰਨਾ ਉਹ ਡਰ ਦੇ ਵਿੱਚ ਇਹ ਹੋ ਗਿਆ ਵੀ ਇਹਦਾ ਜੀ ਅਨਾਜ ਤਾਂ ਕੋਈ ਹੈ ਨਹੀਂ ਦਵਾਈਆਂ ਦੁਵਾਈਆਂ ਦੇ ਹੀ ਗਏ ਉਹਦਾ ਕੋਈ ਟ੍ਰੀਟਮੈਂਟ ਸਪੋਰਟਿਵ ਟ੍ਰੀਟਮੈਂਟ ਹੁੰਦਾ ਵਾਇਰਸ ਦਾ ਫਿਰ ਆ ਗਿਆ ਜੀ ਆਪਾਂ ਇਹਦੇ ਵਾਸਤੇ ਨਾ ਸਾਨੂੰ ਵੈਕਸੀਨ ਚਾਹੀਦਾ ਹੈ ਵੈਕਸੀਨ ਤੋਂ ਬਗੈਰ ਠੀਕ ਨਹੀਂ ਹੋਣਾ ਵੈਕਸੀਨ ਕੰਪਨੀ ਆਉਣ ਲੱਗੀਆਂ ਫਟਾਫਟੀ ਕਿਉਂਕਿ ਉਹ ਤਾਂ ਪੈਸਾ ਬੰਦਦਾ ਜੇ ਜਦ ਕੇ ਉਹਦੇ ਵਿੱਚ ਅਸੀਂ ਇਹਨੂੰ ਇਮਿਊਨਿਟੀ ਕਹਿੰਦੇ ਆ ਯਾਨੀ ਕਿ ਬਿਮਾਰੀ ਦੀ ਸਰੀਰ ਦੀ ਆਪਦੀ ਰੋਗ ਰੋਧਕਤਾ ਸਰੀਰ ਉਹਦੇ ਖਿਲਾਫ ਡੰਕ ਸਕੇ ਸ਼ਕਤੀ ਸ਼ਕਤੀ ਉਹੀ ਕਿਤਾ ਹੈਗੀ ਟੀਕੇ ਨਾ ਦਿੱਤੀ ਯਾਨੀ ਇੱਕ ਹੈਗੀ ਇਹ ਆ ਵੀ ਉਹਦੇ ਵਿੱਚ ਸਰੀਰ ਦੇ ਵਿੱਚ ਆਪਣੇ ਆਪ ਹੀ ਸ਼ਕਤੀ ਪੈਦਾ ਹੋ ਜੇ ਕੁਦਰਤੀ ਨਹੀਂ ਕੋਈ ਬਿਮਾਰੀ ਛੋਟੀ ਜਿਹੀ ਬਿਮਾਰੀ ਹੋ ਕੇ ਉਹਨਾਂ ਅਸੀਂ ਹਰਡ ਇਮਿਊਨਿਟੀ ਕਹਿੰਦੇ ਆ ਜੇ ਹੁਣ ਜੇ ਅਸੀਂ ਦੇਖੀ ਜੇ ਬਾਹਰੋਂ ਕੋਈ ਆਉਂਦਾ ਉਰੇ ਆਪਣਾ ਟੂਟੀ ਦਾ ਪਾਣੀ ਪੀ ਲੇ ਤਾਂ ਬਿਮਾਰ ਹੋ ਜਾਂਦਾ ਹੈ ਅਜunta ਜਿਹੜੇ ਬੋਤਲਾਂ ਪਿੰਦੇ ਇਹ ਵੀ ਜੇ ਮੈਂ ਟੂਟੀ ਦਾ ਰੋਜ਼ ਪਾਣੀ ਪੀਂਦਾ ਮੈਂ ਤਾਂ ਕੁਛ ਨਹੀਂ ਹੁੰਦਾ ਕਿਉਂਕਿ ਉਹ ਤੁਹਾਡੇ ਸਰੀਰ ਦੇ ਅੰਦਰ ਉਹਦੀ ਸ਼ਕਤੀ ਪੈਦਾ ਹੋ ਜਾਂਦੀ ਹੈ ਜੇ ਕੋਈ ਉਹਦੇ 'ਚ ਨੁਕਸਾਨੀ ਹੋਵੇ ਹੁਣ ਜਿਆਦੇ ਹੀ ਕੰਪਨੀਆਂ ਅੱਗੇ ਆ ਗਈਆਂ ਫਟਾਫਟੀ ਫਟਾਫਟੀ ਇਹਨਾਂ ਨੇ ਵੀ ਅਸੀਂ ਵੀ ਬਣਾਤਾ ਜੀ ਅਸੀਂ ਵੀ ਬਣਾਤਾ ਜੀ ਟੀਕਾ ਅਸੀਂ ਵੀ ਬਣਾਤਾ ਉਹ ਟੀਕਿਆਂ ਨੂੰ ਐਮਰਜੈਂਸੀ ਇਜਾਜ਼ਤ ਦਿੱਤੀ ਗਈ ਐਮਰਜੈਂਸੀ ਇਜਾਜ਼ਤ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਉਹਦੇ ਜਿਹੜੇ ਟੈਸਟ ਕਰਨੇ ਸੀ ਵੀ ਇਹ ਮਨੁੱਖ ਦੇ ਉੱਤੇ ਲਾਇਆ ਜਾ ਸਕਦਾ ਹੈ ਇਹਦਾ ਫਾਇਦਾ ਹੈ ਉਹਦੇ ਉਹਨੇ ਸਖਤ ਟੈਸਟ ਜਿੰਨੇ ਵਿੱਚੋਂ ਦੀ ਨੰਕੇ ਕੋਈ ਦਵਾਈ ਪਾਸ ਹੁੰਦੀ ਆ ਉਹਨੇ ਨਹੀਂ ਕਰੇ ਜਾਂਦੀ ਤੇ ਉਹ ਕਰਿਆ ਤਾਂ ਜਾਂਦਾ ਹੈ ਅਮਰਜੈਂਸੀ 'ਚ ਵੀ ਹੁਣ ਸਰਦਾ ਨਹੀਂ ਹੈ ਟੈਸਟ ਕਰਨ ਦੇ ਵਿੱਚ ਟਾਈਮ ਬਹੁਤ ਜ਼ਿਆਦਾ ਲੱਗਣਾ ਤੇ ਹੁਣ ਤਾਂ ਬੰਦੇ ਮਾਰ ਰਹੇ ਨੇ ਸੋ ਟੀਕੇ ਲਾਣੇ ਸ਼ੁਰੂ ਕਰਤੇ ਉਹਨੇ ਟੀਕਿਆਂ ਦੇ ਉੱਤੇ ਉਦੋਂ ਵੀ ਝਗੜਾ ਪਿਆ ਉਦੋਂ ਇਹ ਦਵਾ ਕੰਪਨੀਆਂ ਨੇ ਸਰਕਾਰਾਂ ਨੇ ਦਬਾਤਾ ਉਹ ਨਾ ਆਇਆ ਕਿ ਜੀ ਇਹਦੇ ਨਾਲ ਬਲੱਡ ਕਲੋਟ ਹੋ ਜਾਂਦਾ ਹੈ ਇਹਦੇ ਨਾਲ ਲੋਕਾਂ ਨੂੰ ਹਾਰਟ ਅਟੈਕ ਹੋ ਰਹੇ ਨੇ ਇਹਦੇ ਨਾਲ ਬ੍ਰੇਨ ਹੈਮਰੇਜ ਹੋ ਰਹੇ ਨੇ ਇਹਨਾਂ ਨਾਲ ਬਹੁਤ ਸਾਰੀਆਂ ਹੋਰ ਅਲਰਗੀ ਵਗੈਰਾ ਹੋਰ ਹੀ ਹੈ ਉਹ ਇਹਨਾਂ ਨੇ ਬਣਿਆ ਨਹੀਂ ਕੰਪਨੀਆਂ ਬਿਲਕੁਲ ਨਾ ਕਰਦੀਆਂ ਆ ਇੰਗਲੈਂਡ ਦੀ ਕੰਪਨੀ ਐਸਟਰਾਜੈਨਿਕਾ ਐਸਟਰਾਜੈਨਿਕਾ ਕੰਪਨੀ ਦਾ ਜਿਹੜਾ ਪ੍ਰੋਟੋਟਾਈਪ ਸੀ ਉਹ ਲੈ ਕੇ ਐਥੇ ਇੰਡੀਆ 'ਚ ਸਭ ਤੋਂ ਜ਼ਿਆਦਾ ਕੋਸ਼ਿਸ਼ ਕੀਤੀ ਇੰਡੀਆ 'ਚ ਬਣਿਆ ਇੰਡੀਆ ਦੀ ਸੀਰਮ ਇੰਸਟੀਚਿਊਟ ਆਫ ਇੰਡੀਆ ਉਹ ਜਿਹੜੀ ਸੀਰਮ ਇੰਸਟੀਚਿਊਟ ਆਫ ਇੰਡੀਆ ਉਹਨੇ ਬਣਾਇਆ ਸੀ ਤੇ ਉਹਨੇ ਉਹ ਕੋਵਿਡ ਸ਼ੀਡ ਇੱਥੇ 1 ਕਰੋੜ 77 ਲੱਖ ਡੋਸ 177 ਕਰੋੜ ਸੌਰੀ 177 ਕਰੋੜ ਡੋਸ ਦਾ ਕੱਢੇ ਇੰਡੀਆ ਚ ਬਾਕੀ ਉਹਦੀ ਬਾਕੀ بڑے ਮੁੜਕਾ ਨੂੰ ਅਸੀਂ ਬਾਹਰ ਵੀ ਭੇਜਿਆ ਸੋ ਕੋਵਿਡ ਸ਼ੀਡ ਜਿਹੜੀ ਉੱਥੇ ਲੱਗੇ ਐਸਟਰਾਜਨਿਕਾ ਨੇ ਜਿਹੜੀ ਆਪਦੀ ਤਿਆਰ ਕਰੀ ਸੀ ਉੱਥੇ ਜੋ ਭਾਰਤ ਦੀ ਉਹੀ ਹੈ ਪ੍ਰੋਟੋਟਾਈਪ ਤਾਂ ਉਸੇ ਤੋਂ ਹੀ ਹੈ ਤੇ ਉਹ ਕੋਵਿਡ ਸ਼ੀਡ ਨਾਲ ਉੱਥੇ ਜਿਨ੍ਹਾਂ ਨੂੰ ਨੁਕਸਾਨ ਹੋਇਆ 2021 ਚ ਕਿਸੇ ਨੂੰ ਬ੍ਰੇਨ ਹੈਮਰਜ ਹੋ ਗਈ ਬ੍ਰੇਨ ਸਾਡੇ ਲ ਕੇਸ ਬੇਸਿਕਲੀ ਉੱਥੇ ਡਿਸਕਸ ਹੋਇਆ ਹਾਰਟ ਅਟੈਕ ਹੋਇਆ ਉਹ ਕੇਸ ਜਿਹੜੇ ਉਹਦੇ ਚ ਗਏ ਉੱਥੇ ਐਸਟਰਾਜਨਿਕਾ ਜਿਹੜੀ ਹੈਗੀ ਹੈ ਕੰਪਨੀ ਉਹ ਪਹਿਲਾਂ ਜਿਹੜੀ ਮੰਨਦੀ ਨਹੀਂ ਸੀ ਵੀ ਇਹ ਕੋਈ ਸਾਈਡ ਇਫੈਕਟ ਵੀ ਹੈਗੇ ਨੇ ਹੁਣ ਉਹਨੇ ਮੰਨਿਆ ਜੀ ਰੇਅਰ ਸਾਈਡ ਪਹਿਲਾਂ ਕਦੀ ਨਾ ਕਰੀ ਜੇ ਮੰਨਿਆ ਸੀ ਪਬਲਿਕ ਚ ਰੇਅਰੈਸਟ ਆਫ ਦੀ ਰੇਅਰ ਕਹਿਆ ਸੀ ਵੀ ਤਾਂ ਪਤਾ ਨਹੀਂ ਕਦੇ ਖੁਦਾ ਨਖਾਸਤਾ ਹੋ ਜੇ ਤਾਂ ਹੋ ਜੇ ਹੁਣ ਕਹੇ ਰੇਅਰ ਵੀ ਕਦੇ ਕਦੇ ਹੁੰਦਾ ਹੈ ਰੇਅਰ ਦਾ ਮਤਲਬ ਕਦੀ ਕਦੀ ਜੀ ਤੇ ਇਹ ਹੋ ਜਾਂਦਾ ਹੈ ਇਹ ਮੰਨ ਲਿਆ ਹੁਣ ਤਾਂ ਮੰਨਿਆ ਜਰਮਾਨੀ ਤਾਂ ਪੈਣੀ ਨੇ ਹੁਣ ਜੇ ਡਰਾਈਵਰ ਐਕਸੀਡੈਂਟ ਕਰਦੇ ਜਰਮਾਨਾ ਤਾਂ ਉਹਨੂੰ ਪੈ ਜਾਂਦਾ ਆ ਡਾਕਟਰ ਨੂੰ ਇੱਥੇ ਇੰਡੀਆ ਚ ਬਥੇਰੇ ਜਰਮਾਨੀ ਹੁੰਦੇ ਨੇ ਤਾਂ ਬਾਕੀ ਮਹਿਕਮੇ ਨੇ ਜਿੰਨਾਂ ਨੂੰ ਕੁਝ ਨਹੀਂ ਹੁੰਦਾ ਇਹ ਦੋ ਵਿਭਾਗਾਂ ਮੇ ਤਾਂ ਬੜੇ ਨੇ ਡਰਾਈਵਰ ਤੇ ਡਾਕਟਰ ਵੀ ਇਹਨੂੰ ਤਾਂ ਨਾ ਦੇ ਫਟ ਜਰਮਾਨਾ ਪੈਂਦਾ ਵੀ ਤੁਹਾਡੀ ਗਲਤੀ ਆ ਸੋ ਉਹਦੇ ਨਾਲ ਉਹ ਜਰਮਾਨੀ ਜਿਹਨੂੰ ਨੇ ਪਹਿਲੇ ਹੁਣ ਇੱਕ ਵਾਰ ਫਿਰ ਇਹ ਮੁੱਦਾ ਖੜਾ ਹੋ ਗਿਆ ਇਹ ਮੁੱਦਾ ਇਹ ਨਹੀਂ ਆ ਆ ਅਮਰੀਕਾ ਦੇ 500 ਵਿਗਿਆਨੀ ਜੀ 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 ਉਹਨਾਂ ਨੇ ਇੱਕ ਕਿਤਾਬ ਲਿਖੀ ਆ ਜੀ ਜੀ ਇਹ ਕਿਤਾਬ ਦੇ ਉੱਤੇ ਕੋਈ ਦਰੀਅਲ ਐਂਟਨੀ ਐਂਟਨੀ ਫੌਸੀ ਫੌਸੀ ਜਿਹੜਾ ਐਂਟਨੀ ਫੌਸੀ ਅਮਰੀਕਾ ਦੇ ਉਸ ਦਾ ਅਦਵਾਇਜ਼ ਹੈ ਜੀ ਬਿਲ ਗੇਟਸ ਬਿਗ ਫਾਰਮਾ ਐਂਡ ਦਾ ਗਲੋਬਲ ਵਾਰ ਔਨ ਡੈਮੋਕ੍ਰੇਸੀ ਐਂਡ ਪਬਲਿਕ ਹੈਲਥਾ ਜਿਹੜਾ ਬਿਲ ਗੇਟਸ ਹੈ ਇਹ ਸਭ ਤੋਂ ਵੱਡਾ ਵੈਕਸੀਨ ਦਾ ਹੋਆ ਉਹ ਜੋ ਫਾਈਨੈਂਸ਼ੀਅਲਿਸਟ ਵੀ ਹੈ ਇਹਦੇ ਵਿੱਚ ਟੀਕਿਆਂ ਦੇ ਬਾਰੇ ਆ ਇੱਕ ਚੈਪਟਰ ਹੈ 12 ਚੈਪਟਰ ਦੀ ਕਿਤਾਬ ਹੈ ਇਹ ਮੈਨੂੰ ਕਿਤੇ ਉੱਤੇ ਬਹਿਸ ਕਰਨੀ ਪਈ ਸੀ ਚਰਚਾ ਕਰਨੀ ਪਈ ਸੀ ਤਾਂ ਮੈਂ ਨਹੀਂ ਦੇਖਿਆ ਜੀ ਇਹਦੇ ਵਿੱਚ ਪਹਿਲੇ ਮੈਂ ਪ੍ਰੈਸਮੋ ਅਲਰਜੀ ਪਲੇਸਬੋ ਟੈਸਟਿੰਗ ਸਭ ਤੋਂ ਪਹਿਲੇ ਲਿਖਿਆ ਹੋਇਆ ਜੀ ਮੋਰ ਹਾਰਮ ਦੈਨ ਗੁੱਡ ਹਾਂ ਜੀ ਅਲਰਜੀ ਟੂ ਪਲੇਸਬੋ ਟੈਸਟਿੰਗ ਇਹ ਟੀਕਿਆਂ ਵਾਲੀ ਚੈਪਟਰ ਹੈ ਇਹਦੇ ਵਿੱਚ ਮੈਂ ਬਹੁਤੀ ਡੀਟੇਲ ਵਿੱਚ ਨਹੀਂ ਜਾਵਾਂਗਾ ਬਿਲ ਬੈਂਟੋਨੀਜ਼ ਅਫਰੀਕਨ ਸਫਾਰੀ ਇਹ ਬੜਾ ਕੁਛ ਹੈ ਸੋ ਇਹ ਜਿਹੜੀ ਕਿਤਾਬ ਦੇ ਵਿੱਚ ਵੀ ਹੈ ਤੇ ਜਿਹੜਾ ਹੁਣ ਆਇਆ ਸਾਹਮਣੇ ਸਾਡੇ ਜੀ ਜੀ ਉਹ ਇਹ ਆਇਆ ਹੈ ਇਹਨਾਂ ਨੇ ਜਿਹੜਾ ਮੰਨਿਆ ਵੀ ਹੈ ਕਿ ਜੀ ਜਿਹੜੇ ਟੀਕੇ ਨੇ ਕਿਤਾ ਬਿਨਾਂ ਟੈਸਟ ਦੇ ਤਾਂ ਲੱਗੀ ਸੀਗੇ ਪੂਰੀ ਤਰ੍ਹਾਂ ਟੈਸਟ ਨਹੀਂ ਹੋਏ ਦੂਜੀ ਗੱਲ ਇਹਦੇ ਵਿੱਚ ਕੰਪਲਸਰੀ ਕਰਕੇ ਲਾਤੇ ਜਰੂਰੀ ਬਿ ਤੋਂ ਨੂੰ ਸਕੂਲ ਨਹੀਂ ਜਾ ਸਕਦੇ ਤੁਸੀਂ ਹਵਾਈ ਜਹਾਜ਼ 'ਤੇ ਨਹੀਂ ਚੜ੍ਹ ਸਕਦੇ ਤੁਸੀਂ ਟ੍ਰੇਨ 'ਤੇ ਨਹੀਂ ਚੜ੍ਹ ਸਕਦੇ ਤੁਸੀਂ ਫਲਾਣੀ ਥਾਣੀ ਜਾ ਸਕਦੇ ਸੋ ਉਹਦੇ ਨਾਲ ਜਦ ਮਜਬੂਰ ਕਰਕੇ ਤੁਸੀਂ ਟੀਕਾ ਲਾਉਨੇ ਤਾਂ ਫਿਰ ਲੋਕਾਂ ਦੀ ਆਪਣੀ ਚੋਅਸ ਨਹੀਂ ਰਹਿ ਜਾਂਦੀ ਸੋ ਕੋਵਿਡ ਦੇ ਵਿੱਚ ਇੱਕ ਨਵਾਂ ਸਟੇਟ ਦਾ ਜਿਹੜੇ ਮੈਂ ਕਹਾਂਗਾ ਸਟੇਟ ਦਾ ਡੰਡਾ ਕੋਵਿਡ ਨੇ ਸਟੇਟ ਨੂੰ ਬਹੁਤ ਜ਼ਿਆਦਾ ਸਟਰੋਂਗ ਕਰਤਾ ਹਮਮ ਔਰ ਉਸ ਸਟੇਟ ਸਟਰੋਂਗ ਹੋਣ ਵੇਲੇ ਪਹਿਲਾਂ ਕੰਮ ਕਰਦਾ ਹੈ ਪਹਿਲਾਂ ਕਹਿੰਦਾ ਤੁਸੀਂ ਮਾਰੇ ਜਾਓਗੇ ਦੇਖੋ ਕਿ ਤੇ ਆਪਣੇ ਭੈਣ ਭਾਈ ਨੂੰ ਵੀ ਟੱਚ ਨਾ ਕਰ ਲਿਓ ਮਾਰੇ ਜਾਓਗੇ ਉਸ ਸਟੇਟ ਨੇ ਪੈ ਪੈਦਾ ਕਰਤਾ ਫਿਰ ਸਟੇਟ ਜੋ ਮਰਜੀ ਕਰਦੀ ਸੀ ਅੰਦਰ ਬੜੇ ਰਹੋ ਉੱਥੇ ਨਹੀਂ ਬੈਠਣਾ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਐਂ ਕਰਨਾ ਉਹ ਸਾਰੇ ਮੰਨ ਜਿਓ ਉਸ ਸਟੇਟ ਨੇ ਇੱਕ ਪੈ ਪੈਦਾ ਕਰਤਾ ਸਟੇਟ ਬੜੀ ਤਕੜੀ ਹਾਕਮ ਬਣ ਚਾ ਚਲੋ ਜਦੋਂ ਟੀਕੇ ਲਾਏਗੇ ਉਦੋਂ ਰੌਲਾ ਪੈਂਦਾ ਸੀ ਬਹੁਤ ਸਾਰੇ ਨੇ ਲਵਾਏ ਵੀ ਨਹੀਂ ਐਸੀ ਗੱਲ ਦੇ ਉੱਤੀ ਕਿ ਹੁਣ ਜਿਹੜੀ ਸਾਹਮਣੇ ਆ ਗਿਆ ਫਿਰ ਮੈਂ ਕਰੂੰਗਾ ਵੀ ਉਹਦਾ ਅਸੀਂ ਕਿਉਂ ਮੰਨਦੇ ਆ ਹੁਣ ਜਿਹੜੀ ਸਾਹਮਣੇ ਆਈ ਹੈ ਵੀ ਇਹ ਕਰੋਨਾਤ ਹੋ ਜਾਂਦੇ ਹੁਣ ਲੋਕਾਂ ਦਾ ਦੂਜੀ ਤਰ੍ਹਾਂ ਦਾ ਭੈਅ ਤੇ ਗਿਆ ਕਿਉਂਕਿ ਕਿਸੇ ਵੀ ਬਿਮਾਰੀ ਦਾ ਕਿਸੇ ਵੀ ਚੀਜ਼ ਦਾ ਜਿਹੜਾ ਅਸੀਂ ਸੰਤੁਲਿਤ ਵਿਸ਼ਲੇਸ਼ਣ ਉਹ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਐਨ ਥੱਲੇ ਨੂੰ ਕਰਾਂਗੇ ਜਾਂ ਉੱਤੇ ਨੂੰ ਕਰਾਂਗੇ ਫਿਰ ਗਲਤ ਹੋ ਜਾਂਦਾ ਹੈ ਜਾਂ ਤਾਂ ਅਸੀਂ ਕਹੀਏ ਵੀ ਕੋਵਿਡ ਹੈ ਹੀ ਕੁਛ ਨਹੀਂ ਕਈ ਆ ਜਿਹੜੇ ਗਰੁੱਪ ਹੈ ਇਹ ਕਹਿੰਦਾ ਸੀ ਕੋਵਿਡ ਹੈ ਹੀ ਕੁਛ ਨਹੀਂ ਇੱਕ ਦੂਜੇ ਸੀ ਜਿਹੜੇ ਕਹਿੰਦੇ ਹਾਂ ਤੁਸੀਂ ਕੋਵਿਡ ਨਾਲ ਮਾਰੇ ਜਾਓਗੇ ਮੈਂ ਜਦ ਇਹਦੇ ਉੱਤੇ ਬਹਿਸ ਕਰ ਰਿਹਾ ਸੀ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਇੱਕ ਤਰ੍ਹਾਂ ਦਾ ਭੀੜ ਤੰਤਰੋਂ ਇਹ ਸਾਡੇ ਹੁਕਮਰਾਨ ਨੇ ਦੂਜੀ ਤਰ੍ਹਾਂ ਦਾ ਭੀੜ ਤੰਤਰ ਬਣਾਇਆ ਤੁਸੀਂ ਮੈਂ ਕਿਹਾ ਗੁੱਸਾ ਕਰੋਗੇ ਪੜੇ ਲਿਖੇ ਬੈਠੇ ਹੋ ਸਿਆਣੇ ਬੰਦੇ ਬੈਠੇ ਹੋ ਡਾਕਟਰ ਬੈਠੇ ਹੋ ਹੈ ਤੇ ਮੈਂ ਕਿਹਾ ਭੀੜ ਤੰਤ ਤੁਸੀਂ ਇਹੋ ਵੀ ਕਰੋਨਾ ਹੈ ਹੀ ਕੁਛ ਨਹੀਂ ਫਿਰ ਮੌਤਾਂ ਹੋ ਰਹੀਆਂ ਨੇ ਸਭ ਦੇ ਸਾਹਮਣੇ ਹੋ ਰਹੀਆਂ ਨੇ ਤੁਸੀਂ ਇਹ ਭੀੜ ਤੰਤਰੋਂ ਦੂਜੇ ਪਾਸੇ ਮੈਂ ਕਿਹਾ ਮੋਦੀ ਸਾਹਿਬ ਕਹਿੰਦਾ ਹਾਏ ਮਾਰੇ ਜਾਓਗੇ ਬਾਹਰ ਨਾ ਨਿਕਲੋ ਉਹ ਵੀ ਭੀੜ ਤੰਤਰ ਹੈ ਜਾਂ ਇੱਕ ਤੀਜੀ ਤਰ੍ਹਾਂ ਦਾ ਜਿਹੜੇ ਕਹਿੰਦੇ ਕਲਸ਼ ਯਾਤਰਾ ਕਰ ਲੋ ਗੋਬਰ ਮਲ ਲੋ ਗਊ ਮੂਤਰ ਕੀ ਲੋ ਕਰੋਨੀਆਂ ਲਖਾੜੋ ਕਰੋਨੀਆਂ ਦੇ ਉੱਤੇ ਮੈਂ ਹਰਸ਼ਵਦਨ ਜੀ ਮંત્રી ਜੀ ਸਿਹਤ ਮੰਤਰੀ ਆਪ ਹੀ ਐਂਟੀ ਸਰਜਨ ਨੇ ਬੜੇ ਤਖੜੇ ਸਿੱਤੇ ਡਾਕਟਰ ਨੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਇਸ ਗੱਲ 'ਚ ਤਾਂ ਮੈਂ ਕਹਾਂਗਾ ਤਾਰੀਫ਼ ਵੀ ਕਰਾਂਗਾ ਇਹਦੇ ਮੈਂ ਰਾਤ ਨੂੰ ਤਾਂ 11 ਵਜੇ ਸੋਚ ਲਿਆ ਵੀ ਮੈਂ ਇਹਨਾਂ ਨੂੰ ਈਮੇਲ ਕਰਕੇ ਪੁੱਛਦਾ ਵੀ ਤੁਸੀਂ ਕੋਰੋਨਾ ਨੂੰ ਕਿਵੇਂ ਪਰਮਿਸ਼ਨ ਦਿੱਤੀ ਕਿ 10 ਵਜੇ ਮੈਂ ਉਹਨਾਂ ਨੂੰ ਈਮੇਲ ਕਰਦਾ ਤਿੰਨ ਵਾਰੀ ਉਹਨਾਂ ਦਾ ਜਵਾਬ ਆਇਆ 12 ਵਜੇ ਤੱਕ ਰਾਤ ਦੇ 12 ਵਜੇ ਤੱਕ ਮੰਤਰੀ ਖੁਦ ਜਵਾਬ ਦੇਈਗਾ ਮੈਨੂੰ ਤੇ ਇਹ ਕੋਈ ਛੋਟੀ ਗਲਤੀ ਨਹੀਂ ਸੀ ਮੈਂ ਹੂ ਐਮ ਆਈ ਇਹ ਕੋ ਕੇਂਦਰ ਦੇ ਮੰਤਰੀ ਨੇ ਕੋਵਿਡ ਫੈਲਿਆ ਹੋਇਆ ਐ ਐਡਾ ਵੱਡਾ ਕੰਮ ਐ ਤੇ ਉਹ ਮੈਨੂੰ ਇੱਕ ਇੱਥੇ ਉਹ ਕਿਹਾ ਮੈਨੂੰ ਜਾਂਦੇ ਮੈਂ ਕੌਣ ਆ ਉਹ ਮੈਨੂੰ ਜਵਾਬ ਦੇਈ ਜਾ ਰਹੇ ਨੇ ਬਾਰੀ ਬਾਰੀ ਇਹ ਸਮਝ ਕੇ ਵੀ ਜਿਆ ਡਾਕਟਰ ਹੈ ਕੋਈ ਇਹਦਾ ਮਤਲਬ ਤੇ ਫਿਰ ਅਖਰ ਕਰ ਉਹਨਾਂ ਨੇ 12:00 ਵਜੇ ਕਿਹਾ ਵੀ ਆਪਾਂ ਡਿਵਰ ਕਰਦੇ ਹਾਂ ਇਸ ਕਰਦੇ ਉੱਤੇ ਪਰ ਉਹਨਾਂ ਨੇ ਇਹ ਕਹਿ ਵੀ ਅਸੀਂ ਕੋਰੋਨ ਨੂੰ ਕੋਈ ਅਜਾਸ ਨੀਤੀ ਆਫੀਸੇਬੀ ਅੱਛਾ ਜੀ ਹਾਂ ਕਿਉਂਕਿ ਮੇਰਾ ਕੋਰੋਨ ਉੱਤੇ ਵੀ ਇਹ ਕਾਰ ਨਹੀਂ ਕੁਝ ਨਹੀਂ ਤੁਸੀਂ ਤਾਂ ਡਾਕਟਰ ਹੋ ਤੁਸੀਂ ਹੈਲਥ ਮਿਨਿਸਟਰ ਹੋ ਕੁੱਟ ਕੇ ਉਹਨਾਂ ਆਖਿਆ ਸੀ ਕੋਈ ਅਜਾਸ ਨੀਤੀ ਪਰ ਫਿਰ ਹੁਣ ਮੈਂ ਉਹ ਤੋਂ ਅੱਗੇ ਤਾਂ ਕੁਝ ਕਹਿ ਨਹੀਂ ਨਾ ਸਕਦੇ ਤੁਸੀਂ ਜੀ ਜੀ ਸੋ ਉਹਦੇ ਵਿੱਚ ਹੁਣ ਤਾਂ ਆਪਾਂ ਨੂੰ ਆਰਾਮਦੇਵਾਲਾ ਸਾਹਮਣੇ ਆ ਹੀ ਗਿਆ ਜੋ ਮਾਂ ਜੋ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਲੋਕਾਂ ਨੂੰ ਝੂਠਾ ਪ੍ਰਚਾਰ ਕਰਦੇ ਹੋ ਉਹ ਉਦੋਂ ਵੀ ਉਹ ਕੋਵਿਡ ਕੋਰੋਨਾ ਤੇ ਵੀ ਝੂਠਾ ਸੀ ਪ੍ਰਚਾਰ ਸੋ ਹੁਣ ਇਹ ਜਿਹੜੇ ਹੈਗੇ ਨੇ ਕਿ ਇਹਦੇ ਨਾਲ ਕੀ ਹੁੰਦਾ ਹੈ ਪਹਿਲਾਂ ਸੀ ਟੀਟੀ ਐਸ ਟੀਟੀ ਐਸ ਬਾਰੇ ਪੁੱਛਣਾ ਚਾਹੁੰਦਾ ਸੀ ਇਹ ਚੀਜ਼ ਕੀ ਹੈ ਟੀਟੀ ਐਸ ਐਕਚੁਅਲੀ ਹੁਣ ਉਹਨੇ ਕਹਦਾ ਟੀਟੀ ਐਸ ਸਾਹਮਣੇ ਥਰੰਬੋਸਿਸ ਫਰੰਬੋਸਿਸ ਹੁੰਦਾ ਖੂਨ ਦਾ ਕਟਲਾ ਬੰਦਿਆ ਨਾ ਖੂਨ ਦਾ ਜੰਮਣਾ ਅਸਲ ਚ ਜੰਮ ਕੇ ਖੂਨ ਦਾ ਟੁੱਟ ਕੇ ਅੱਗੇ ਚਲੇ ਜਾਣਾ ਫਰੰਬੋਸਿਸ ਫਰੰਬੋਸਿਸ ਹੂੰ ਤਾਂ ਕਲੌਟ ਕਹਿੰਦੇ ਆ ਉਹ ਥਰੰਬੋਸਿਸ ਹੁੰਦਾ ਵੀ ਉਹ ਟੁੱਟ ਕੇ ਅੱਗੇ ਚਲੇ ਜਾਂਦਾ ਅੱਛਾ ਜੀ ਖੂਨ ਦਾ ਕਟਲਾ ਕਟਲਾ ਜੰਮਿਆ ਹੋਇਆ ਖੂਨ ਟੁੱਟ ਕੇ ਅੱਗੇ ਜਾ ਕੇ ਫਸ ਜਾਂਦਾ ਕਿਤੇ ਜਿਵੇਂ ਕੋਈ ਰੋੜਾ ਫਸੇ ਇਹਨੂੰ ਅਸੀਂ ਥਰੰਬੋਸਿਸ ਕਹਿੰਿਆ ਕਿਸੇ ਰਸਤੇ ਨੂੰ ਨਾਲੀ ਨੂੰ ਬੰਦ ਕਰ ਦਿੰਦਾ ਉਹ ਪਹਿਲੀ ਟੀ ਹੈ ਥਰੰਬੋਸਿਸ ਦੂਜੀ ਟੀ ਹੈ ਥਰੰਬੋਸਾਈਟੋਪੀਨਿਕ ਥਰੰਬੋਸਾਈਟੋਪੀਨੀਆ ਦਾ ਮਤਲਬ ਹੈ ਤੁਸੀਂ ਲੋਕਾਂ ਨੂੰ ਆਮ ਸੁਣਿਆ ਹੋਊਗਾ ਰੋਜ਼ ਹੀ ਕਿ ਜੀ ਇਹ ਤੇ ਸੈੱਲ ਘਟ ਗਏ ਆ ਡੈਂਗੂ ਹੁੰਦਾ ਨਾ ਡੈਂਗੂ ਵਿੱਚ ਲੋਕ ਕਹਿੰਦੇ ਨੇ ਥਰੰਬੋਸਾਈਟੋਪੀਨੀਆ ਦੂਜੀ ਟੀ ਹਾਂ ਦੂਜੀ ਦੂਜੀ ਟੀ ਹੈ ਜਿਹੜੀ ਉਹ ਥਰੰਬੋਸਾਈਟੋਪੀਨੀਆ ਆਮ ਲੋਕ ਕਹਿੰਦੇ ਜੇ ਡੈਂਗੂ ਹੁੰਦਾ ਇਹ ਸੈੱਲ ਘਟ ਗਏ ਜੀ ਇਹਨੂੰ ਦਾਖਲ ਕਰਾਉਣ ਜੀ ਕੋਈ ਕਹਿੰਦਾ ਜੇ ਬੱਕਰੀ ਦਾ ਦੁੱਧ ਪੀ ਲੋ ਬੱਕਰੀ ਦਾ 1000 ਰੁਪਏ ਕਿਲੋ ਹੋ ਜਾਂਦਾ ਕੋਈ ਕਹਿੰਦਾ ਜੀ ਉਹਦੇ ਤਪੀਚੇ ਦੇ ਪੱਤੇ ਖਾ ਲੋ ਉਹ ਪੱਤੇ ਖਾਣ ਲੱਗੇ ਕੋਈ ਕਹਿੰਦਾ ਜੀ ਨਾਰੀਅਲ ਦਾ ਪਾਣੀ ਪੀ ਲੋ ਹਾਂ ਉਹ ਜਿਹੜੇ ਸੈੱਲ ਹੁੰਦੇ ਨੇ ਉਹ ਉਹਨਾਂ ਨੂੰ ਪਲੇਟ ਲੈਟਰਸੀ ਕਹਿੰਦੇ ਆ ਹਾਂਜੀ ਉਹ 1.5 ਲੱਖ ਤੋਂ ਲੈ ਕੇ 5 ਲੱਖ ਤੱਕ ਹੁੰਦੇ ਨੇ ਪਰ ਅੱਜ ਕੱਲ ਕਈ 4.5 ਲੱਖ ਦੇ ਉੱਤੇ ਵੀ ਕਿਉਂਕਿ ਮਸ਼ੀਨਾਂ ਦਾ ਆਪ ਦਾ ਆਪ ਦਾ ਫਰਕ ਹੈ 4.5 ਲੱਖ ਵੀ ਕਹਿੰਦੇ ਨੇ ਜੇ ਉਹ 1.5 ਲੱਖ ਤੋਂ ਘਟ ਜਾਂਦੇ ਨੇ ਤਾਂ ਉਹ ਕੀ ਕਰਦੇ ਨੇ ਉਹ ਇਸ ਤਰ੍ਹਾਂ ਨੇ ਜਿਵੇਂ ਆਪਾਂ ਕਿਤੇ ਅ ਕੋਈ ਚੀਜ਼ ਨੂੰ ਜਮਾਉਣਾ ਹੋਵੇ ਤਾਂ ਉਹਦੇ ਚਾਪਾ ਜਿਵੇਂ ਸੜੀਆਂ ਪਾਉਣੇ ਸਿਮਿੰਟ ਦੇ ਵਿੱਚ ਤਾਂ ਆਪ ਦਾ ਲੈਂਟ ਠੀਕ ਬੰਦ ਆ ਜਾਂ ਕਈ ਵੇਲੇ ਆਪਾਂ ਬਜਰੀ ਪਾਉਣੇ ਜਾ ਥੋੜੇ ਰੋੜੀ ਕੁੱਟ ਕੇ ਪਾਉਨੇ ਆ ਫਰਸ਼ ਦੇ ਵਿੱਚ ਜਿਹੜੀ ਫਰਸ਼ ਚ ਆਪਾਂ ਰੋੜੀ ਪਾਉਂ ਉਹ ਇਸ ਵਾਸਤੇ ਹੁੰਦੀ ਹੈ ਕਿ ਉੱਤੇ ਜਿੰਨਾ ਸਿਮਿੰਟ ਪੱਕਦਾ ਹੈ ਜੰਕ ਵੱਜ ਜੀ ਉਹਦਾ ਜੇ ਕੋਈ ਨਹਿਰ ਲੀਕ ਕਰਦੀ ਹੋ ਉਹਦੀ ਚ ਹ ਜਦ ਇਹ ਕੋਈ ਛੱਟ ਵੱਜਦੀ ਆ ਸਾਡੇ ਤੁਸੀਂ ਦੇਖੋ ਜੇ ਮੜ ਜਾਂਦਾ ਬੱਕੇ ਰੱਖੋ ਖੂਣਾ ਪੇ ਜਮ ਜਾਂਦਾ ਕਰਾਟ ਹੋ ਜਾਂਦਾ ਉਹ ਕਰਾਟ ਕਰਨ ਵਾਸਤੇ ਇਹ ਜਿਹੜੇ ਥੰਬੋ ਸਾਈ ਜਿਹੜੇ ਹੈਗੇ ਨੇ ਆਪਣੇ ਪਲੇਟ ਲੈਟ ਇਹ ਆ ਕੇ ਉੱਥੇ ਨਾ ਇੱਕ ਢੇਰ ਬਣਾ ਦਿੰਦੇ ਨੇ ਅੱਛਾ ਜੀ ਇਹ ਕਿਸਮ ਦੇ ਕੰਨ ਨੇ ਹੂੰ ਇਹ ਖੂਨ ਦੇ ਹਾਂ ਖੂਨ ਦੇ ਸਰਲਣੇ ਹਾਂਜੀ ਰੈੱਡ ਬਲੱਡ ਸਰਲਦੇ ਨਾਲ ਹੀ ਜਿਵੇਂ ਰੈੱਡ ਬਲੱਡ ਸਰਲਨੇ ਇਹ ਉੱਥੇ ਜਾ ਕੇ ਜਦ ਇਕੱਠੇ ਹੋ ਜਾਂਦਾ ਹਰੇ ਦਾਦੇ ਫਿਰ ਉਹ ਚਰਵੀ ਜੰਮ ਜਾਂਦੀ ਹੈ ਖੂਨ ਦੀ ਮਤਲਬ ਜਿਹੜੀਆਂ ਪ੍ਰੋਟੀਨ ਵਗੈਰਾ ਨੇ ਉਹ ਫਿਰ ਕਲੌਟ ਬਣ ਜਾਂਦਾ ਹੈ ਓਕੇ ਇਹਦਾ ਕੰਮ ਹੈ ਜਦ ਤੱਕ ਇਹ ਜੇ ਨਾੜੀ ਦੇ ਅੰਦਰ ਹੀ ਖੂਨ ਦੀਆਂ ਨਾਲੀਆਂ ਚੋਂ ਖੂਨ ਚੱਲੀ ਜਾਂਦਾ ਉੱਥੇ ਕਲੌਟ ਨਹੀਂ ਬਣਦਾ ਇਹ ਜਦ ਬਾਹਰ ਟੱਚ ਕਰਦਾ ਉਦੋਂ ਹੀ ਬਣਦਾ ਅੱਛਾ ਹੁਣ ਜਦ ਉਹ ਪਲੇਟਲੇਟ ਉੱਥੇ ਇਕੱਠੇ ਹੋ ਕੇ ਜੰਮ ਗਏ ਅੰਦਰ ਥਾਂ ਥਾਂ ਤੇ ਤਾਂ ਪਲੇਟਲੇਟ ਘਟ ਗਏ ਇਹਦਾ ਮਤਲਬ ਉਹਨਾਂ ਦੀ ਗਿਣਤੀ ਘਟ ਗਈ ਉਹਨੂੰ ਥਰਨਬੋ ਸਾਈਟੋਪੀਨੀਆ ਕਹਿੰਦੇ ਆ ਉਹ ਜਦੋਂ ਘੱਟ ਗਏ ਤਾਂ ਉਹਦੇ ਨਾਲ ਖੂਨ ਵਗਣ ਲੱਗ ਜਾਂਦਾ ਮੜ ਗਿਆ ਇੱਥੇ ਲੱਗਿਆ ਐਵੇਂ ਬਗੀ ਜੋ ਹਟਣੀ ਨਹੀਂ ਜਾਂ ਉਹੀ ਇੱਥੇ ਧੱਬੇ ਪੈਣੇ ਸ਼ੁਰੂ ਹੋ ਜਾਣਗੇ ਉਹਦਾ ਕੀ ਹੁੰਦਾ ਹੈ ਉਹਦਾ ਇਹ ਹੈ ਵੀ ਜੇ ਫਰਜ ਕੋ ਤੁਹਾਡੇ ਬ੍ਰੇਨ ਦੀਆਂ ਨਾਲੀਆਂ ਜਿਹੜੀਆਂ ਨੇ ਉਹ ਕਚਮਾੜੀ ਮੁੱਟੀ ਉੱਥੋਂ ਕਮਜ਼ੋਰ ਹੋਈ ਹੋਈ ਹੋਵੇ ਜਿਵੇਂ ਕੱਪੜਾ ਮੜ ਜਾ ਛਣਿਆ ਹੋਇਆ ਹੋਵੇ ਜਿਹਨੂੰ ਕਹਿੰਦੇ ਆਪਾਂ ਤੇ ਉਹਦੇ 'ਚ ਜੇ ਜ਼ੋਰ ਲੱਗ ਜੇ ਤਾਂ ਫਟ ਜਾਂਦਾ ਇਦਾਂ ਹੀ ਉਹ ਹੈ ਵੀ ਜਦੋਂ ਉਹਦੇ ਵਿੱਚ ਜਿਹੜੀ ਉਹ ਮਾੜੀ ਮੁੱਟੀ ਕਮਜ਼ੋਰ ਹੋਈ ਹੈ ਨਾਲੀ ਉਹਦੇ ਵਿੱਚ ਖੂਨ ਜਿਹੜਾ ਉਹ ਜੇ ਮਾੜਾ ਜਿਹਾ ਵੀ ਨਹੀਂ ਕਰ ਜਾਂ ਜੰਮਣਾ ਨਹੀਂ ਫਿਰ ਫਟ ਜਾਂਦੀ ਹੈ ਸੋ ਇਸ ਤਰੀਕੇ ਦੇ ਨਾਲ ਇਹਦੇ ਚ ਇੱਥੇ ਕੇਸ ਵੀ ਬ੍ਰੇਨ ਹੈਮਰੇਜ ਦਾ ਇਸ ਤਰੀਕੇ ਨਾਲ ਆ ਗਿਆ ਦੂਜਾ ਜਿਹੜਾ ਕਲੋਟ ਹੈ ਉਹ ਕਲੋਟ ਜਾਂਦੇ ਅੱਗੇ ਚਲਾ ਗਿਆ ਥਰੰਬੋਸਿਸ ਬਣ ਗਿਆ ਪਹਿਲੀ ਟੀ ਫਿਰ ਮੈਸ ਤੇ ਆਉਣਾ ਉਹ ਜਾ ਕੇ ਉਹ ਨਾਲੀ ਚ ਫਸ ਗਿਆ ਜੋ ਬ੍ਰੇਨ ਦੀ ਨਾਲੀ ਚ ਫਸ ਗਿਆ ਤਾਂ ਰੰਗ ਹੋ ਜਾਊਗਾ ਜੇ ਉਹ ਅੱਖ ਦੀ ਨਾਲੀ ਚ ਫਸ ਗਿਆ ਤਾਂ ਦਿਸਣੋਂ ਹਟ ਜਾਊਗਾ ਜੇ ਉਹ ਹਾਰਟ ਦੀ ਨਾੜੀ ਵਿੱਚ ਫਸ ਗਿਆ ਤਾਂ ਹਾਰਟ ਅਟੈਕ ਹੋ ਜਾਊਗਾ ਜੇ ਉਹ ਲੱਤਾਂ ਦੀ ਨਾੜੀ ਵਿੱਚ ਫਸ ਗਿਆ ਤਾਂ ਲੱਤਾਂ ਸੁੰਨ ਹੋ ਜਾਣਗੀਆਂ ਦਰਦ ਕਰਨਗੀਆਂ ਸੋ ਜੇ ਫੇਫੜੇ ਦੀ ਨਾੜੀ ਵਿੱਚ ਫਸ ਗਿਆ ਤਾਂ ਸਾਹ ਦਾ ਪ੍ਰੋਬਲਮ ਆ ਜਾਊਗੀ ਜੇ ਢੇਟ ਦੇ ਵਿੱਚ ਖੁਰਾਕ ਦੀ ਨਾੜੀ ਚ ਜਾਂ ਜਿਗਰ ਦੀ ਕਿਸੇ ਵਿੱਚ ਫਸ ਗਿਆ ਤਾਂ ਹਉ ਦਾ ਕੰਮ ਰੁਕ ਜਾਏਗਾ ਸੋ ਇਸ ਕਰਕੇ ਉਹਨੂੰ ਅਸੀਂ ਥਰੰਬੋਸਿਸ ਕਹਿੰਦੇ ਆ ਥਰੰਬੋ ਐਮਬੋਲਿਜ਼ਮ ਥਰੰਬੋ ਜੰਮਿਆ ਹੋਇਆ ਖੂਨ ਐਮਬੋਲਸ ਬਣ ਗਿਆ ਅੱਗੇ ਜਾ ਕੇ ਐਮਬੋਲਸ ਕਹਿੰਦੇ ਆ ਉਹਨੂੰ ਥਰੰਬੋ ਐਮਬੋਲਿਜ਼ਮ ਇਸ ਕਰਕੇ ਉਹਦਾ ਪੂਰਾ ਨਾਮ ਹੈ ਥਰੰਬੋ ਐਮਬੋਲਿਜ਼ਮ ਸੋ ਜਦੋਂ ਨਾੜੀਆਂ 'ਚ ਥਰੋਮਬੋਸਿਸ ਹੋ ਗਿਆ ਉਹ ਜੋ ਟੁੱਟ-ਟੁੱਟ ਕੇ ਕਤਲੇ ਅੱਗੇ ਜਾਣਗੇ ਉਹ ਐਮਬਲੈਂਸ ਹੋਗੇ ਉਹ ਐਮਬਲੈਂਸ ਜਿੰਨੇ ਮਰਜ਼ੀ ਜੈ ਬਰੀਕ ਹੋ ਜਾਦਾ ਹੋਗੇ ਇੱਕ ਕਲੈਕਟਰ ਤੁਹਾਡੇ ਫੇਫੜਿਆਂ ਦੀਆਂ ਨਾੜੀਆਂ ਚਲੇਗਾ ਤਾਂ ਤਾਂ ਸਾਹ ਚੜਾ ਕੇ ਬੰਦ ਕਰ ਦੇਣਗੇ ਫੇਫੜਿਆਂ ਨੂੰ ਸੋ ਉਹ ਜਿਹੜੀ ਸੀ ਇਹ ਮੰਦੇ ਨਹੀਂ ਸੀਗੇ ਹੁਣ ਲੇ ਮੰਨਣ ਲੱਗੇ ਹਾਂ ਇਹ ਹੋਇਆ ਹੈ ਬ੍ਰੇਨ ਹੈਮਰੇਜ ਵੀ ਕਈ ਐਕਸਪਰਟ ਕਹਿੰਦੇ ਨਹੀਂ ਜੀ ਇਹ ਤਾਂ ਕਲੋਥਰੋਮਬੋਐਮਬਲਿਜ਼ਮ ਹੀ ਹੁੰਦਾ ਹੈ ਹੈਮਰੇਜ ਨਹੀਂ ਹੁੰਦਾ ਹੈਮਰੇਜ ਆ ਮੈਂ ਫਿਰ ਕੱਲ ਵੀ ਇੱਕ ਪ੍ਰੋਗਰਾਮ 'ਚ ਮੈਂ ਸਮਝਾਇਆ ਹੈਮਰੇਜ ਹੁੰਦਾ ਕਿਉਂ ਹੈ ਕਿਉਂਕਿ ਨਾੜੀ 'ਚ ਕਮਜ਼ੋਰ ਇੱਕ ਖੂਨ ਜੰਮਦਾ ਨਹੀਂ ਹੈ ਇਸ ਕਰਕੇ ਨਾਲੀ ਚੋਂ ਮੜ ਗਿਆ ਵੀਕ ਕਰ ਗਿਆ ਉਹ ਹਨਰਜ ਹੋ ਗਿਆ ਬਿਲਕੁਲ ਪਹਿਲਾਂ ਉਹਦੇ ਚੋਂ ਡੀ ਕਰਨੀ ਨਹੀਂ ਜਾਂਦਾ ਸੀ ਉਹ ਬਾਹਰ ਮਾਰਾ ਜਾਂ ਨਹੀਂ ਵੀਕ ਕਰਦਾ ਉੱਥੇ ਜੰਮ ਜਾਂਦਾ ਉੱਥੇ ਕੋਲੋਟਾ ਜਾਂਦਾ ਸੀ ਹੁਣ ਕੋਲੋਟਾ ਲੀਂਦਾ ਕੰਨੀ ਜਮ ਨਹੀਂ ਰਹੀ ਇਸ ਕਰਕੇ ਉਹ ਚਿੱਕੜ ਹੋ ਜਾਂਦਾ ਕਿਸਮ ਦਾ ਸੋ ਇਸ ਕਰਕੇ ਹੁਣ ਸਿੰਡਰੋਮ ਅਗਲਾ ਟੀ ਐਸ ਸਿੰਡਰੋਮ ਦਾ ਮਤਲਬ ਇਹ ਹੁੰਦਾ ਹੈ ਬਈ ਇੱਕ ਚੀਜ਼ ਨਹੀਂ ਹਾਰਟ ਅਟੈਕ ਜਿਵੇਂ ਇੱਕ ਇੱਕ ਬਿਮਾਰੀ ਹੈ ਬ੍ਰੇਨ ਨੂੰ ਸਟ੍ਰੋਕ ਹੋ ਗਈ ਉਹ ਇੱਕ ਬਿਮਾਰੀ ਹੈ ਸਿੰਡਰੋਮ ਦਾ ਮਤਲਬ ਹੁੰਦਾ ਹੈ ਕਈ ਬਿਮਾਰੀਆਂ ਪੈਦਾ ਕਰ ਦਿੰਦਾ ਹੈ ਮਲਟੀਪਲ ਗਰੁੱਪ ਮਲਟੀਪਲ ਸਿੰਪਟਮ ਹੋ ਜਾਂਦੇ ਨੇ ਉਹਦੇ ਸੋ ਹੁਣ ਸਮਝ ਆ ਗਈ ਸਭ ਨੂੰ ਮੇਰੇ ਖਿਆਲ ਸਾਰੇ ਦਰਸ਼ਕਾਂ ਦੁਆਰਾ ਸੁਣਾ ਥਰੰਬੋਸਿਸ ਫੈਲਟੀ ਹੈ ਥਰੰਬੋਸਿਸ ਥਰੰਬੋਸ ਦਾ ਮਤਲਬ ਖੂਨ ਨਾਲੀਆਂ ਦੇ ਅੰਦਰ ਜੰਮ ਗਿਆ ਜੰਮ ਕੇ ਉਦੋਂ ਬਾਅਦ ਥਰੰਬੋ ਅੰਬੋਲਿਜ਼ਮ ਹੋ ਗਿਆ ਉਹਦਾ ਟੋਟਾ ਚੜਾ ਗਿਆ ਉਹ ਜੰਮਣ ਤੋਂ ਬਾਅਦ ਪਲੇਟਲਟ ਘਟ ਗਏ ਸੈੱਲ ਘਟ ਗਏ ਜਿਹਨੂੰ ਅਸੀਂ ਆਮ ਹੀ ਰੋਜ਼ ਹੀ ਕਹਿੰਦੇ ਆ ਪਾਸ਼ਾ ਚ ਉਹ ਜਦ ਸੈੱਲ ਘਟ ਗਏ ਤਾਂ ਉਹਨੂੰ ਕਹਿੰਦੇ ਆ ਥਰੰਬੋਸਾਈਟੋਪੀਨੀਆ ਇਸ ਤੋਂ ਅੱਗੇ ਇਹਨਾਂ ਦੋਹਾਂ ਦੇ ਕਾਰਨ ਸਰੀਰ ਚ ਕਈ ਅਣਾਮਤਾ ਪੈਦਾ ਹੋ ਜਾਂਦੀਆਂ ਨੇ ਉਹ ਸਾਰੀਆਂ ਅਣਾਮਤਾ ਦੇ ਜੋੜ ਤੋੜ ਨੂੰ ਇਕੱਠਾ ਕਰਕੇ ਜਾਲ ਨੂੰ ਅਸੀਂ ਕਹਿੰਦੇ ਸਿੰਡਰੋਮ ਇਹ ਸਪਸ਼ਟ ਹੋ ਗਿਆ ਨਾ ਸੋ ਹੁਣ ਇਹ ਜਿਹੜਾ ਹੁੰਦਾ ਇਹਦੇ ਵਿੱਚ ਲੋਕਾਂ ਨੂੰ ਜਿਹੜਾ ਇਹ ਪੈ ਨਹੀਂ ਕੁਝ ਨਹੀਂ ਹੁੰਦਾ ਕਈ ਕਹਿੰਦੇ ਵੀ ਉਹ ਦੋ ਹਫ਼ਤੇ ਚ ਚਾਰ ਹਫ਼ਤੇ ਚ ਹੋ ਜਾਂਦਾ ਹੈ ਇਹ ਠੀਕ ਹੈ ਟੀਕੇ ਦਾ ਅਸਰ ਦੋ ਚਾਰ ਹਫ਼ਤੇ ਰਹਿੰਦਾ ਹੈ ਕਿ ਉਸ ਤੋਂ ਬਾਅਦ ਨਹੀਂ ਰਹਿੰਦਾ ਇਸ ਤਰ੍ਹਾਂ ਸਾਈਡ ਇਫੈਕਟ ਦਾ ਪਰ ਕਿਸੇ ਨੇ ਇਹ ਨਹੀਂ ਦੇਖਿਆ ਵੀ ਜਿਹੜਾ ਅਸੀਂ ਇਹ ਵਾਇਰਸ ਇੰਟਰੋਡਿਊਸ ਕਰ ਰਹੇ ਹਾਂ ਬਾਡੀ ਚ ਇਹ ਹੈਗਾ ਸਾਡਾ ਜੀਨ ਆਰਐਨਏ ਹੈ ਤੇ ਉਹ ਜਿਹੜੇ ਜੈਨੇਟਿਕ ਮਟੀਰੀਅਲ ਆ ਜਦ ਅਸੀਂ ਉਹ ਬਾਹਰ ਦਾ ਕਿਸੇ ਦਾ ਧਿਆਾਂਗੇ ਉਹ ਸਾਡੇ ਜੀਨ ਦੇ ਉੱਤੇ ਕੀ ਅਸਰ ਪਾਉਂਦਾ ਹੈ ਕਿ ਉਹਦੇ ਨਾਲ ਥਰੋਮਬੋਸਮੋਲਿਜ਼ਮ ਥਰੋਮਬੋਨਾ ਹੁੰਦਾ ਜਾਂ ਨਹੀਂ ਹੁੰਦਾ ਹੈ ਜੇ ਸਟੈਡੀ ਨਹੀਂ ਹੋਈਆਂ ਬਹੁਤੀਆਂ ਆ ਕਿਤਾਬ ਜਿਹੜੀ ਮੈਂ ਦਿਖਾਈ ਆ ਉਹ ਇਸ ਗੱਲ ਦੇ ਉੱਤੇ ਰੌਲਾ ਪਾ ਰਹੀ ਆ ਆ ਡਿਡ ਆਫਟਰ 500 ਵੱਡੇ ਡਾਕਟਰ ਨੇ ਅਮਰੀਕਾ ਦੇ ਡਾਕਟਰ ਨੇ ਇਹਨਾਂ ਨੇ ਕਿਤਾਬ ਲਿਖੀ ਆ ਇਹ ਤਾਂ ਇਹ ਨਹੀਂ ਵੀ ਬਿਲਕੁਲ ਹੀ ਜਾਣਬੁੱਝ ਕੇ ਕਰ ਰਹੇ ਨੇ ਸੋ ਉਹਨਾਂ ਦਾ ਵੀ ਕੋਈ ਵਿਚਾਰ ਹੈ ਏਡੇ ਵੱਡੇ ਇੰਨੇ ਤੇਜ਼ ਨੇ ਉਸ ਦੇ ਕੱਦੇ ਕੱਦੇ ਵੈਕਸੀਨ ਤੇ ਹੁਣ ਦੂਜੀ ਗੱਲ ਜਿਹੜੀ ਇਹ ਹੈ ਵੀ ਜਦ ਜਿਹੜੇ ਸਾਡੇ ਕਿਉਂ ਸ਼ੱਕ ਪੈਂਦਾ ਸਾਡੇ ਸ਼ੱਕ ਇੱਕ ਨਵਾਂ ਫਾਇਦਾ ਹੋ ਗਿਆ ਉਹ ਇਹ ਵੀ ਸਾਡੀ ਸਰਕਾਰ ਹਰ ਗੱਲ ਦੇ ਉੱਤੇ ਜਿਵੇਂ ਕੋਰੋਨਲ ਦਾ ਕਰਿਆ ਇਹਨਾਂ ਨੇ ਇਹਨਾਂ ਨੇ ਉਹਦੇ 'ਚ ਪਾ ਰੱਖਿਆ ਸੀ ਕਹੀਆ ਆਯੁਰਵੈਦ ਦਾ ਇਲਾਜ ਕਰੋਨਾ ਦਾ ਜਦਕਾ ਕੋਰੋਨਾ ਇਲਾਜ ਨਹੀਂ ਕਰਦਾ ਸੀ ਇਹਨਾਂ ਨੇ ਘੰਟੀ ਬਜਾਉ ਕੇ ਕਹਤਾ ਇਹਨਾਂ ਨੇ ਕਹਿ ਦਿੱਤਾ ਵੀ ਤੁਸੀਂ 8 ਵਜੇ 8 ਮਿੰਟ ਤੇ 8 ਮਿੰਟ ਲਾਈਟਾਂ ਇਹ ਕੋਈ ਮਤਲਬ ਸਾਰੇ ਗੈਰ ਵਿਗਿਆਨਕ ਤਰੀਕੇ ਜੇ ਸਾਡੇ ਹੁਕਮਰਾਨ ਇਹ ਕਹਿੰਦੇ ਨੇ ਤੇ ਲੋਕ ਤੁਰੇ ਫਿਰਦੇ ਨੇ ਡੀਸੀ ਲੱਗੇ ਹੋਰ ਲੱਗੇ ਅੱਗੇ ਗਿੱਧਾ ਆਏ ਘੰਟੀਆਂ ਵਜਾਉਂਦੇ ਤੁਰੇ ਫਿਰਦੇ ਨੇ ਇਹ ਤੋਂ ਅਸੀਂ ਆਪੀ ਹਿਸਾਬ ਲਾ ਸਕਦੇ ਵੇ ਅਸੀਂ ਕਿੰਨੇ ਕ ਸਿਆਣੇ ਆ ਇਸ ਮਾਮਲੇ 'ਚ ਉਹ ਤਾਂ ਫਿਰ ਸ਼ੰਕਾ ਪੈਂਦੀ ਆ ਵੀ ਸਿ ਵਿਗਿਆਨਕ علاج ਨਹੀਂ ਕਰਿਆ ਕਰੋਨਾ ਦਾ ਪਰ ਵੈਕਸੀਨੇਸ਼ਨ ਤਾਂ ਵਿਗਿਆਨਕ ਕਰਦ ਹੋਣੀ ਚਾਹੀਦੀ ਸੀ ਮੌਜੂਦ ਚ ਸਵਾਲ ਆ ਰਿਹਾ ਸਰ ਜਿਹੜਾ ਆ ਆਮ ਤੌਰ ਤੇ ਜਿਵੇਂ ਤੁਸੀਂ ਥੋੜਾ ਛੋਟਾ ਜਿਹਾ ਜ਼ਿਕਰ ਕੀਤਾ ਹੈ ਪਰ ਮੇਰੇ ਦਿਮਾਗ ਚ ਜਦੋਂ ਇਹ ਖਬਰ ਆਈ ਉਹਦੇ ਬਾਅਦ ਮੇਰੇ ਵੀ ਨਹੀਂ ਮੇਰੇ ਖਿਆਲ ਦਰਸ਼ਕਾਂ ਦੇ আর ਬਹੁਤ ਸਾਰੇ ਲੋਕਾਂ ਦੇ ਦਿਮਾਗਾਂ ਚ ਇਹ ਗੱਲ ਜ਼ਰੂਰ ਆ ਰਹੀ ਹੋएगी ਜਿਹੜੇ ਥੋੜੇ ਬੁੱਧੀਜੀਵੀ ਨੇ ਜਾਂ ਕੁਝ ਪੜਦੇ ਨੇ ਜਾਂ ਸਮਝਦੇ ਨੇ ਚੀਜ਼ਾਂ ਨੂੰ ਟੰਗ ਦੇ ਨਾਲ ਸਕੱਪ ਬੋ ਗੋਟਾ ਨਹੀਂ ਬਣਾਇਆ ਗਿਆ ਕਿਤੇ ਕਿਉਂਕਿ ਹਮੇਸ਼ਾ ਐਨੀਮਲਸ ਜਾਂ ਬਰਡਸ ਤੇ ਕਿਸੇ ਨਾ ਕਿਸੇ ਤਰੀਕੇ ਦਾ ਪਹਿਲੇ ਕੋਈ ਵੀ ਵੈਕਸੀਨ ਬਣਦੀ ਹੈ ਤੇ ਉਹਦਾ ਉਹਦੋਂ ਐਕਸਪੈਰੀਮੈਂਟ ਜਿਹੜਾ ਉਹਦਾ ਤਜਰਬਾ ਹੁੰਦਾ ਕਰਕੇ ਦੇਖਿਆ ਜਾਂਦਾ ਪਰ ਕਿਉਂਕਿ ਟਾਈਮ ਵੀ ਘੱਟ ਸੀਗਾ ਉਸ ਟਾਈਮ ਹੜਕਮ ਬੜੀ ਮੱਚੀ ਪਈ ਸੀ ਸਿਚੁਏਸ਼ਨ ਬੜੀ ਗ੍ਰੇਵ ਹੋਈ ਪਈ ਸੀਗੀ ਮਤਲਬ ਪੈਂਡੈਮਿਕ ਪੈਂਡੈਮਿਕ ਨਾਮ ਹੀ ਬੜਾ ਲੰਬਾ ਚੌੜਾ ਦੇਤਾ ਸੀਗਾ ਤੇ ਉਸ ਦੇ ਨਾਲ ਖੌਫ ਜਿਹੜਾ ਸੀ ਦੁਨੀਆ 'ਚ ਸੀ ਪੂਰੇ ਇੱਕ ਹਿੱਸੇ 'ਚ ਨਹੀਂ ਸੀ ਕਿਸੇ 'ਚ ਤੇ ਉਸ ਦੇ ਨਾਲ ਸਕੇਪ ਗੋਰਤਾ ਨਹੀਂ ਬਣਿਆ ਕਿਤੇ ਕਿਉਂਕਿ ਸਿੱਧਾ ਐਕਸਪੈਰੀਮੈਂਟ ਦੇਖਿਆ ਜਾਤੇ ਮਨੁੱਖਾਂ ਤੇ ਹੋਇਆ ਹੈ ਪਹਿਲੀ ਤਾਂ ਇੱਕ ਗੱਲ ਔਰ ਦੂਸਰੀ ਗੱਲ ਜਿਹੜੀ ਮੇਰੇ ਦਿਮਾਗ ਦੇ ਵਿੱਚ ਇੱਕ 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 ਕਿਉਰਿਓਸਿਟੀ ਜਿਹੜੀ ਪੈਦਾ ਕਰਦੀ ਹੈ ਉਹ ਇਹ ਕਰਦੀ ਹੈ ਕਿ ਤੁਸੀਂ ਕਿਹਾ ਜਿਸ ਤਰ੍ਹਾਂ ਟੀਕਾ ਲੱਗਣ ਤੇ ਕੁਝ ਦਿਨਾਂ ਬਾਅਦ ਪਰ ਦੋ ਤਿੰਨ ਗੱਲਾਂ ਹੋਣਾ ਦਿਨਾਂ ਦੇ ਵਿੱਚ ਵੀ ਆਈਆਂ ਸੀ ਕਿ ਜਦੋਂ ਇੰਜੈਕਸ਼ਨਸ ਲੱਗੇ ਨੇ ਉਹਦੇ ਬਾਅਦ ਵੀ ਲੋਕਾਂ ਨੂੰ ਕਰੋਨਾ ਹੋ ਗਿਆ ਉਹਦੇ ਬਾਅਦ ਵੀ ਕੋਵਿਡ ਹੋ ਗਿਆ ਉਹਦੇ ਨਾਲ ਨਾਲ ਦੂਜੀ ਗੱਲ ਹੈ ਕਿ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਜਿੱਦਾਂ 스멜ਸ ਚਲੇ ਗਈਆਂ ਸੀ ਉਨਾਂ ਦੇ ਟੇਸਟ ਚਲੇ ਗਏ ਸੀ ਕਿਸੇ ਨੂੰ 6 ਮਹੀਨੇ ਕਿਸੇ ਨੂੰ ਸਾਲ ਤੱਕ ਵਾਪਸ ਨਹੀਂ ਆਏ ਸੀ ਔਰ ਇਫੈਕਟ ਜਿਹੜੇ ਨੇ ਹਜੇ ਤੱਕ ਪ੍ਰੈਜ਼ੈਂਟ ਤੱਕ ਕਈ ਲੋਕ ਕਹਿੰਦੇ ਨੇ ਸਾਲ ਬੀਤ ਗਏ ਨੇ ਕੋਈ ਕਹਿੰਦੇ ਸੀ ਮੇਰੇ ਫੇਵਰਟ ਇਤਨਾ ਕੰਮ ਨਹੀਂ ਕਰਦੇ ਕਈ ਇਹਨੂੰ ਹਜੇ ਵੀ ਥਕਿਆਂ ਦੀ ਕਿਤੇ ਨਾ ਕਿਤੇ ਪ੍ਰੋਬਲਮ ਹੈ એનર્ਜੀ ਲੈਵਲਸ ਉਹ ਨਹੀਂ ਆਏ ਔਰ ਕੁਝ ਸਰੀਰ ਦੇ ਵਿੱਚ ਤਬਦੀਲੀ ਤੇ ਡਿਫੈਕਟਸ ਆਏ ਨੇ ਕਹਿੰਦੇ ਨੇ ਲੋਕ ਔਰ ਫਿਰ ਕਹਿੰਦੇ ਨੇ ਪਲਟ ਕੇ ਕਿ ਉਹ ਕੋਵਿਡ ਦੇ ਕਾਰਨ ਆਏ ਨੇ ਕਿ ਉਹ ਤੁਹਾਨੂੰ ਲੱਗਦਾ ਵੀ ਇਸ ਤੇ ਥੋੜਾ ਜਿਹਾ ਹੋਰ ਜ਼ਿਆਦਾ ਸਟੱਡੀ ਹੋਣੀ ਚਾਹੀਦੀ ਹੈ ਇਹ ਇਹ ਜਿਹੜੇ ਇਦਾਂ ਦੇ ਲੋਕ ਨੇ ਉਹਨਾਂ ਦਾ ਤੇ ਸਰਵੇ ਹੋਣੇ ਚਾਹੀਦੇ ਕੋਈ ਦੇਖੋ ਸਟੱਡੀ ਤਾਂ ਲੋੜ ਹੁੰਦੀ ਆ ਪਰ ਜਿਹੜਾ ਬੰਦਾ ਮਹਿਸੂਸ ਕਰਦਾ ਹੈ ਉਹਨੂੰ ਬਿਨਾਂ ਦੇਖੇ ਤੋਂ ਤੁਸੀਂ ਕੁਝ ਨਹੀਂ ਕਿਉਂਕਿ ਲੋਕਾਂ ਦਾ ਆਪਦਾ ਇੱਕ ਫੀਲਿੰਗ ਹੈ ਵੀ ਮੈਨੂੰ ਆਇਆ ਹੋ ਗਿਆ ਜੀ ਸਾਡੇ ਕੋਲ ਬਥੇਰੇ ਆਉਂਦੇ ਆ ਗੁੱਡੇ ਤੇ ਸੱਟ ਲੱਗੀ ਜਦ ਆਉਂਦੇ ਨੇ ਅਸੀਂ ਦੇਖਦਾ ਹੈ ਕੈਂਸਰ ਹੈ ਉਹ ਉਹਨੂੰ ਲੱਗਦਾ ਮੇਨੂੰ ਤਾਂ ਸੱਟ ਲੱਗੇ ਹੋਇਆ ਅਸਲ 'ਚ ਉਹਨੂੰ ਸੱਟ ਲਾ ਕੇ ਪਤਾ ਲੱਗਾ ਕਿਉਂਕਿ ਕੈਂਸਰ ਦਾ ਤਾਂ ਪੇਨ ਹੁੰਦਾ ਨਹੀਂ ਉਹ ਸੱਟ ਲੱਗਣ ਨਾਲ ਪੇਨ ਹੋਣ ਲੱਗਾ ਪੇਨ ਦਿਖਾਉਣਾ ਹੈ ਅੱਗੇ ਦੇ ਕਹੇ ਤਾਂ ਕੈਂਸ ਕਿੰਨਿਆ ਬੀਬੀ ਆਪਣੇ ਆਪ ਹੀ ਆ ਜਾਂਦੇ ਵੀ ਆ ਭਾਈ ਮੇਰੇ ਕੋਲ ਆ ਜਾ। ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਿਗਿਆਨ ਦੇ ਕਨਸਪਟੀ ਚ ਉੱਤੇ ਹੁੰਦੀਆਂ ਨੇ ਉਹ ਆਮ ਭਾਸ਼ਾ ਚ ਨਹੀਂ ਹੁੰਦੀ। ਉਹਦਾ ਕਾਰਨ ਇਹ ਹੈ ਵੀ ਸਾਡੇ ਵਿਗਿਆਨ ਨੂੰ ਲੋਕਾਂ ਤੱਕ ਲਿਜਾਇਆ ਨਹੀਂ ਜਾਂਦਾ ਉਸ ਤਰੀਕੇ ਨਾਲ। ਹਾਲਾਂਕਿ ਇਨੀ ਵੀ ਲੋਕ ਸਮਝ ਨਹੀਂ ਸਕਦੇ। ਅਸੀਂ ਉੱਥੇ ਤੱਕ ਲੈ ਕੇ ਨਹੀਂ ਜਾਂਦੇ। ਮੇਰਾ ਇਹ ਆਪਣਾ ਅ ਤਜਰਬਾ ਪੀਜੀਆਈ ਦੇ ਵਿੱਚ ਡਿਸਟ੍ਰਿਕਟ ਨਰ ਦੇ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਤੇ ਇਵਨ ਡਿਸਪੈਂਸਰੀ ਚ ਕੰਮ ਕਰਿਆ ਮੈਂ। ਕਿ ਮੈਨੂੰ ਕਦੀ ਕੋਈ ਮਰੀਜ਼ ਨਹੀਂ ਮਿਲਿਆ ਜਿਹਨੂੰ ਮੇਰੀ ਗੱਲ ਸਮਝਣਾ ਪਈ ਹੋਵੇ ਜੀ ਜੀ ਜਾਂ ਜਿਹੜੀ ਮੈਂ ਉਹਨੂੰ ਕਿਹਾ ਹੋਵੇ ਐਂ ਕਰਨਾ ਉਹਨੇ ਨਾ ਕਰਿਆ ਹੋਵੇ ਉਹੇ ਜੇ ਕੰਮ ਜਿਹੜੇ ਸਾਡੀਆਂ ਨਰਸਾਂ ਸਾਡੇ ਜੂਨੀਅਰ ਡਾਕਟਰ ਕਰਦੇ ਨੇ ਉਹ ਮਾਂ ਆਪੇ ਕਰਨ ਲੱਗ ਜਾਂਦੀ ਆ ਬੱਚਿਆਂ ਦੇ ਤੇ ਇਹਦਾ ਮਤਲਬ ਸਮਝ ਦੰਦੇ ਨੇ ਭਾਵੇਂ ਹਨ ਪੜ ਹੋਣ ਸੋ ਉਹ ਨਹੀਂ ਐ ਅਸਲ ਚ ਗੱਲ ਕੀ ਐ ਇੱਕ ਤਾਂ ਉਦੋਂ ਠੀਕ ਗੱਲ ਦਾ ਤੁਹਾਡੀ ਇੱਕ ਪਾਸੇ ਪੈ ਗਿਆ ਉਦੋਂ ਕੀ ਸੀ ਸੱਪ ਦੇ ਮੂੰਹ ਕੋੜ ਕਿਰਲੀ ਖਾਵੇ ਕੋੜੀ ਤੇ ਛੱਡੇ ਤੱਕ ਲੰਕੀ ਉਹਦੇ ਵਿੱਚ ਜੇ ਤਾਂ ਸਰਕਾਰਾਂ ਤੇਜ਼ੀ ਨਾਲ ਇਲਾਜ ਕਰਦੀਆਂ ਉਦਿਤ ਵੀ ਕਿੰਮ ਕਿੰਬੀ ਹੋਏਗੀ ਜੀ ਜੀ ਤਾਂ ਤੱਕ ਕਹਿਣਗੇ ਵੀ ਦੇਖੋ ਜੀ ਆ ਖਰਾਬ ਕਰਤਾ ਕਹਿੰਦੇ ਹਸਾਏ ਦਾ ਨਾਉ ਨਹੀਂ ਰਵਾਏ ਦਾ ਨਾਉ ਹੈ ਜੀ ਜੀ ਜੇ ਉਹ ਨਹੀਂ ਕਰਦੇ ਫਿਕਣਗੇ ਸੁੱਤੇ ਪਏ ਨੇ ਕੁਝ ਨਹੀਂ ਕਰਦੇ ਇਹ ਸਰਕਾਰਾਂ ਪ੍ਰਸ਼ਾਸਨ ਮਹਿਕਮੇ ਇਹਨਾਂ ਵਾਸਤੇ ਔਖਾ ਹੁੰਦਾ ਪਰ ਮੈਂ ਇੱਕ ਗੱਲ ਕਹਾਂਗਾ ਜਦ ਕੋਵਿਡ ਫੈਲਿਆ ਇਸ ਗੱਲ 'ਚ ਨਹੀਂ ਮੈਂ ਜਾ ਰਿਹਾ ਵੀ ਕੋਵਿਡ ਜਾਣ ਕੇ ਫਲਾਇਆ ਸੀ ਅਜੇ ਨਹੀਂ ਜਾ ਰਿਹਾ ਫਲਾਇਆ ਹੈ ਨਹੀਂ ਫਲਾਇਆ ਮੇਰਾ ਮਸਲਾ ਨਹੀਂ ਅੱਜ ਇਸ ਵੇਲੇ ਉਹ ਚੀਨ ਨੇ ਫਲਾਇਆ ਸੀ ਜਾਂ ਅਮਰੀਕਾ ਨੇ ਫਲਾਇਆ ਸੀ ਇਹ ਵੀ ਮੇਰਾ ਮਸਲਾ ਨਹੀਂ ਉਹ ਫਲਾਉਣ ਤੋਂ ਬਾਅਦ ਜਾਣ ਕੇ ਇਹਨਾਂ ਨੇ ਮੁਨਾਫੇ ਕਮਾਉਣ ਵਾਸਤੇ ਸਾਰਾ ਕੁਝ ਕਰਿਆ ਇਹ ਵੀ ਮੇਰਾ ਮਸਲਾ ਨਹੀਂ ਹੈ ਮੇਰਾ ਮਸਲਾ ਇਹ ਹੈ ਵੀ ਜਦੋਂ ਕੋਵਿਡ ਫੈਲ ਗਿਆ ਮੌਤਾਂ ਤਾਂ ਹੋ ਰਹੀਆਂ ਸੀ ਨਾ ਜੀ 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 ਇਹ ਤਾਂ ਸੱਚ ਸੀ ਅੱਛਾ ਕਈਆਂ ਨੇ ਵੀ ਇਹ ਤਾਂ ਜੀ ਝੂਠ ਹੈ ਜੀ ਮੌਤਾਂ ਤਾਂ ਹੋਈ ਨਹੀਂ ਰਹੀਆਂ ਦੂਜਾ ਜਿਹੜਾ ਕਹਿੰਦਾ ਕਹਿੰਦਾ ਜੀ ਮਤਵ ਵਧਾ ਕੇ ਦੱਸ ਰਹੇ ਨੇ ਹੁਣ ਤੁਸੀਂ ਦੇਖੋ ਕਿਵੇਂ ਬੰਨਿਆ ਜਾਵੇ ਇੱਕ ਕਹਿੰਦਾ ਵੀ ਜਾਣ ਕੇ ਕੋਵਿਡ ਦੇ ਕੇਸ ਕੱਢੀ ਜਾ ਰਹੇ ਨੇ ਦੂਜਾ ਕਹਿੰਦਾ ਜੀ ਕੋਵਿਡ ਦੇ ਕੇਸ ਜਾਣ ਕੇ ਘੱਟ ਦੱਸ ਰਹੇ ਨੇ ਵਿੱਚ ਇੱਕ ਹੋਰ ਗੱਲ ਬੜੀ ਇੰਪੋਰਟੈਂਟ ਐ ਸਰ ਜਿਹੜੀ ਖਾਸ ਕਰਕੇ ਅਜੀਬ ਹੋਈ ਸੀ ਉਦੋਂ ਮੈਨੂੰ ਆਪਣਾ ਕੋਈ ਜਾਂ ਮੇਰੇ ਜਿੰਨੇ ਵੀ ਸਰਕਲ ਜਾਂ ਦੂਰ ਦੂਰ ਤੱਕ ਜਿੰਨਾ ਵੀ ਲੰਬਾ ਚਾਹਣਾ ਸਾਡਾ ਆਪਣੀ ਇੱਕ ਸਰਾਊਂਡਿੰਗ ਸੋਸਾਇਟੀ 'ਚ ਅਸੀਂ ਵਿਚਰਦੇ ਆਂ ਕਦੀ ਕਿਸੇ ਬਿਮਾਰੀ ਕਰਕੇ ਦੋਨੋਂ ਚੀਜ਼ਾਂ ਇਕੱਠੀਆਂ ਜਾਂਦੀਆਂ ਨਹੀਂ ਦੇਖੀਆਂ ਕਿ 스멜 ਵੀ ਚਲੇ ਗਈ ਹੋਵੇ ਕਿਸੇ ਦੀ ਔਰ ਕਿਸੇ ਦਾ ਟੇਸਟ ਵੀ ਚਲੇ ਗਿਆ ਹੋਵੇ ਔਰ ਜਿਹੜੇ ਸੈਲਸ ਵਗੈਰੇ ਨੇ ਉਹ ਡਾਊਨ ਵੀ ਹੋ ਗਏ ਉਹ ਤਿੰਨੋਂ ਚੀਜ਼ਾਂ ਉਹਨਾਂ ਦਿਨਾਂ 'ਚ ਲੋਕਾਂ ਦੇ ਨਾਲ ਵਾਪਰੀਆਂ ਨੇ ਹੋਈਆਂ ਨੇ ਉਹਨਾਂ ਨੇ ਮਹਿਸੂਸ ਕੀਤੀਆਂ ਨੇ ਮੈਂ ਐਸੀ ਗਲਤੀ ਆ ਰਹੀਆ ਮੈਂ ਐਸੀ ਗਲਤੀ ਆ ਰਹੀਆ ਪੈਦਿਕਤ ਵੀ ਇੰਨਾ ਜ਼ਿਆਦਾ ਫਾਇਦੇਗਤ ਦੁਨੀਆ ਚ ਕੋਈ ਦੇਸ਼ ਨਹੀਂ ਛੱਡਿਆ ਇਹਨੇ ਸਾਰੇ ਦੇਸ਼ਾਂ ਚ ਫੈਲੇ ਹੋਇਆ ਸੀ ਪਰ ਉਹਦਾ ਜਿਹੜਾ ਇਲਾਜ ਸੀ ਜਿਸ ਤਰੀਕੇ ਨਾਲ ਕਰਨਾ ਸੀ ਉਹਦੇ ਚ ਬਹਿਮ ਡਰ ਤੇ ਸਹਿਮ ਬਹੁਤ ਫਾਇਦਾ ਕਰਦਾ ਬਹਿ ਹਾਈ ਮਾਰੇ ਜਾਓਗੇ ਨਿਕਲੋ ਨਾ ਇੱਥੇ ਉਹਨੂੰ ਪੁਲਿਸ ਟੈਕਲ ਕਰਦੀ ਹੁਣ ਪੁਲਿਸ ਦਾ ਕੰਮ ਲੋਕਾਂ ਨੂੰ ਨਾਰਾਜ਼ ਕਰਨਾ ਸਾਡਾ ਕੰਮ ਪੁਲਿਸ ਕਰਦੀ ਰਹੀ ਹੈ ਅਰਗੇਨਾਈਜੇਸ਼ਨ ਕਰਦੀ ਰਹੀ ਐ ਚ ਏਡੀ ਏਐਸਪੀ ਸੀ ਨਵਾਂ ਯੰਗ ਬੰਦਾ ਉਹਦੀ ਡੈਥ ਹੋਈ ਐ ਲੋਕਾਂ ਦੇ ਚ ਕੋਰੋਨਾ ਨਾਲ ਹੀ ਡਾਕਟਰਾਂ ਦੀ ਹੋਈ ਐ ਨਰਸਾਂ ਦੀ ਹੋਈ ਐ ਸੋ ਜਿਹੜੇ ਕਹਿੰਦੇ ਵੀ ਕਰੋਨਾ ਕੁਛ ਵੀ ਨਹੀਂ ਸੀ ਉਹਨਾਂ ਦਾ ਇਹ ਜਵਾਬ ਹੈ ਵੀ ਇੰਨੀਆਂ ਮੌਤਾਂ ਫਿਰ ਹਵਾ ਚ ਹੋ ਗਈਆਂ ਸੋ ਉਹਦਾ ਨਾਜ ਤਾਂ ਕਰਨੀ ਸੀ ਦੂਜਾ ਜਿਹੜਾ ਤੁਸੀਂ ਕਿਹਾ ਇਹ ਵਾਇਰਸ ਹੀ ਐਸ ਹੈ ਇਹ ਵਾਇਰਸ ਜਿਹੜਾ ਇਹ ਤੁਹਾਡੇ ਪਲੇਟਾਟ ਵੀ ਘਟਾ ਸਕਦਾ ਇਹ ਤੁਹਾਡੀ ਸਮੈਦ ਬਲਕੇ ਕਹਿੰਦੇ ਆ ਵੀ ਜੇ ਤੁਹਾਡਾ ਟੇਸਟ ਬਦਲ ਗਏ ਜਾਂ ਟੇਸਟ ਤੋਂ ਆਵੇ ਨਾ ਜਾਂ ਤੁਹਾਡੀ ਸਮੈਦ ਖਤਮ ਹੋ ਜੇ ਤਾਂ ਪੱਕਾ ਟੇਸਟ ਹੋ ਜਾ ਕੇ ਵੀ ਕਿਤੇ ਕਰੋਨਾ ਨਾ ਹੋਵੇ ਇਹ ਵਾਇਰਸ ਕਰਦਾ ਹੈ ਵਾਇਰਸ ਤੁਹਾਡੀਆਂ ਕਿਉਂਕਿ ਸਾਨੂੰ ਟੇਸਟ ਕਿਵੇਂ ਪਤਾ ਲੱਗਦਾ ਸਮਝੋ ਤਸਦੀਕ ਤਾਂ ਕਰ ਰਿਆ ਸੀ ਨਾ ਵੀ ਕਰੋਨਾ ਆਇਆ ਕੁਝ ਡਿਫਰੈਂਟ ਤਰ੍ਹਾਂ ਦਾ ਵਾਇਰਸ ਆਇਆ ਹੈ ਇਸ ਗੱਲ ਨੂੰ ਤਾਂ ਤਸਦੀਕ ਕੀਤਾ ਹੈ ਨਾ ਉਸ ਨੇ ਮੈਂ ਕਹਿਣਾ ਨਾ ਉਹ ਵਾਇਰਸ ਰੌਲਾ ਤਾਂ ਇਸ ਗੱਲ ਦਾ ਵਾਇਰਸ ਜਾਣ ਕੇ ਤੇ ਗਿਆ ਕਿ ਕੁਦਰਤੀ ਹੈ ਗੱਲ ਤਾਂ ਇਹ ਝਗੜਾ ਉਹ ਹੈ ਇਸੇ ਕਰਕੇ ਵੀ ਮੈਂ ਕਹਿ ਰਿਹਾ ਵੀ ਵਾਇਰਸ ਤਾਂ ਹੈ ਗਈ ਸੀ ਚਾਹੇ ਜਾਣ ਕੇ ਭੇਜਿਆ ਚਾਹੇ ਕੁਦਰਤੀ ਕਿਸੇ ਨੇ ਕੋਈ गिर ਗਿਆ ਉਹ ਕਿਸੇ ਨੇ ਧੱਕਾ ਮਾਰ ਕੇ ਗੇਰਿਆ ਜਾਂ ਆਪੇ ਗਿਰ ਗਿਆ ਜਾਂ ਅੜਕ ਕੇ ਗਿਰ ਗਿਆ ਠੀਕ ਹੈ ਨਾ ਪਰ ਜੇ ਉਹ ਸੱਟ ਗਿਰਿਆ ਸੱਟ ਲੱਗੀ ਉਹਦਾ ਮਾਜਰ ਨਹੀਂ ਹੈ ਨਾ ਜਦੋਂ ਖੂਨ ਵਗ ਰਿਹਾ ਹੈ ਖੂਨ ਤਾਂ ਬੰਦੀ ਕਰਨਾ ਸੋ ਕਰੋਨਾ ਹੋ ਗਿਆ ਜਦ ਉਹਦਾ ਅਡਜਟਾ ਕਰਨੀ ਸੀ ਉਹਦੇ ਵਿੱਚ ਵੜ ਕੇ ਕਿਹਾ ਜਾਂਦਾ ਸੀ ਵੀ ਜਿਹਦਾ ਟੇਸਟ ਚੜਾ ਜਾਵੇ ਜਿਹਦੀ ਸਮੈਲ ਚੜੀ ਜਾਵੇ ਇਹ ਸੈਂਸ ਆਰਗਨ ਨੇ ਜਿੰਨੂੰ ਅਸੀਂ ਕਹਿੰਨਾ ਸਾਡੇ ਸਰੀਰ ਚ ਪੰਜ ਗਿਆਨ ਇੰਦਰੀ ਨੇ ਤੇ ਪੰਜ ਕਰਮ ਇੰਦਰੀ ਨੇ ਤੇ ਗਿਆਨ ਇੰਦਰੀਆਂ ਦੇ ਵਿੱਚ ਹੈਗਾ ਟੇਸਟ ਸਮੈਲ ਹੀਰਿੰਗ ਵਿਜੂਅਲ ਤੇ ਆਪਣਾ ਟੱਚ ਹਾਂਜੀ ਸੋ ਇਹ ਜਿਹੜੇ ਦੋ ਵਿੱਚੋਂ ਗਾਇਬ ਹੁੰਦੇ ਸੀ ਸੋ ਇਸ ਕਰਕੇ ਇਹ ਇੱਕ ਪਾਸਾ ਹੈ ਪਰ ਜਿਹੜਾ ਪੂਰੀ ਤਰ੍ਹਾਂ ਟੇਸਟ ਨਾ ਕਰਕੇ ਲਾਉਣਾ ਹੈ ਕੀ ਜੀ ਵੀ ਸੀ ਹੋਰ ਵੀ ਸੀ ਇੰਡੀਆ ਚ ਇਸ ਤੇ ਸ਼ੰਕਾ ਕਿਉਂ ਪੈਂਦਾ ਹੈ ਐਕਸਟਰਾ ਜਨਿਕਲ ਵੈਕਸੀਨ ਇਹ ਜਾਦਾ ਕਿਉਂ ਕਰਦਾ ਹੈ ਉਹ ਜਿਹੜਾ ਵੈਕਸੀਨ ਹੈ ਉਹ ਜਿਹੜਾ ਹੁੰਦਾ ਆਪਣਾ ਲੰਗੂਰ ਹਾਂਜੀ ਲੰਗੂਰ ਦਾ ਡੀਨੋ ਵਾਇਰਸ ਲੈ ਕੇ ਇਹ ਤਿਆਰ ਕੀਤਾ ਗਿਆ ਹੈ ਲੰਗੂਰ ਦਾ ਡੀਨੋ ਵਾਇਰਸ ਕੈਰੀਅਰ ਬਣਾਇਆ ਗਿਆ ਹੈ ਤਾਂ ਕਿ ਇਹ ਉਹ ਕਰੋਨਾ ਦੇ ਅੰਦਰ ਕੁਸ ਜੇ ਹੂੰ ਕਰੋਨਾ ਤੁਸੀਂ ਦੇਖੋ ਆਏ ਆ ਹਰ ਦੇ ਨਾਲ ਨਾ ਸਪਾਈਕ ਜੇ ਬਣੇ ਹੁੰਦੇ ਨੇ ਜਦ ਕਰੋਨਾ ਵਾਇਰਸ ਹੈ ਜਿਵੇਂ ਉਹ ਤਾਰਾਂ ਵਾਲੀ ਖੁੱਦੋ ਹੀ ਹੁੰਦੀ ਹੈ ਉਹਦੇ ਅੰਦਰ ਕੁਸ ਜੇ ਕਿ ਇਹ ਇਹਦੀ এফیکیسی ਜ਼ਿਆਦਾ ਸੀ ਇਸੇ ਕਰਕੇ ਜ਼ਿਆਦਾ ਉਹ ਜਿਹੜਾ ਉਹ ਜਿਹੜਾ ਚਿੰਪਾਂਜ਼ੀ ਦਾ ਡੀਨੋ ਵਾਇਰਸ ਹੈ ਉਹ ਆ ਸਾਰਾ ਤਕਲੀਫਾਂ ਜ਼ਿਆਦਾ ਪੈਦਾ ਕਰਦਾ ਹੁਣ ਇਹ ਦੋਹਾਂ ਦਾ ਇੱਕ ਬੈਲੈਂਸ ਕਰਨਾ ਹੁੰਦਾ ਗੇਮ ਸੋ ਪਹਿਲੀ ਗੱਲ ਜਿਹੜਾ ਤੁਹਾਡੇ ਵਸਚਾ ਹੈ ਜਿਹੜਾ ਪਹਿਲਾਂ ਤੁਹਾਡੇ ਵਸਚ ਨਹੀਂ ਸੀ ਉਹ ਤਾਂ ਹੋ ਚੁੱਕਿਆ ਨਾਲੇ ਤੁਸੀਂ ਨਵੀਂ ਗੱਲ ਤਾਂ ਨਾ ਸੇੜੋ ਨਾ ਸੋ ਇੱਕ ਤਾਂ ਚਿੰਤਾ ਛੱਡ ਦਿਓ ਜੋ ਹੀ ਪਰਵਾਹ ਨਾ ਕਰੋ ਹੁਣ ਜੇ ਚਿੰਤਾ ਤਾਂ ਛੱਡ ਦਾਂਗੇ ਜੀ ਤੇ ਫਿਰ ਇਹ ਹੋ ਗਿਆ ਫਿਰ ਕੀ ਕਰਾਂਗੇ ਕਿਵੇਂ ਪਤਾ ਲੱਗੂਗਾ ਉਹ ਮੈਂ ਦੱਸਾਂਗਾ ਵੀ ਤੁਸੀਂ ਆਪਦਾ ਨਾਰਮਲ ਕੰਮ ਕਰੋ ਭੁੱਲ ਜੋ ਵੀ ਤੁਸੀਂ ਟੀਕਾ ਵੀ ਲਗਾਇਆ ਹੋਇਆ ਹੈ ਬਿਲਕੁਲ ਭੁੱਲ ਜੋ ਵੀ ਇਹਦੇ ਨਾਲ ਉੱਥੇ ਜੀ ਇੰਗਲੈਂਡ ਚ ਇਹ ਫੈਸਲਾ ਹੋਇਆ ਹੈ ਐ ਹੋ ਜੂ ਹੋ ਸਕਦਾ ਹੈ ਇਹ ਨਹੀਂ ਮੈਂ ਕਹਿੰਦਾ ਪਰ ਇਹਨੀਆਂ ਨਿਸ਼ਾਨੀਆਂ ਨੇ ਜੇ ਤੁਹਾਨੂੰ ਸਿਰ ਨੂੰ ਚੱਕਰ ਆਉਣ ਲੱਗਣ ਜੇ ਸਿਰਫ ਦੁਖਦਾ ਰਿਹਾ ਹਟੇ ਨਾ ਜੇ ਅੱਖਾਂ ਅੱਗੇ ਧੁੰਦਸੁੰਦਲ ਦਿਖਣ ਲੱਗ ਜੇ ਜੇ ਤੁਹਾਨੂੰ ਮੰਨ ਲਓ ਵੀ ਉਲਟੀਆਂ ਆਉਣ ਲੱਗੀਆਂ ਹਟੀ ਨਹੀਂ ਰਹੀਆਂ ਨਾ ਸਿਰ 'ਚ ਦਰਦ ਹੋ ਰਿਹਾ ਜੇ ਮੰਨ ਲਓ ਤੁਹਾਨੂੰ ਛੱਤੀ 'ਚ ਦਰਦ ਹੋਣ ਲੱਗਿਆ ਮੈਨੂੰ ਤੁਹਾਡੇ ਸਾਚੜਨ ਲੱਗਿਆ ਇੱਕ ਵਕਤ ਤੁਹਾਡੀਆਂ ਰਸਤਾਂ ਬਹੁਤ ਪੇਨ ਕਰਨ ਲੱਗੀਆਂ ਸੁੱਜਣ ਲੱਗੀਆਂ ਤੇ ਤੁਹਾਨੂੰ ਰੋਟੀ ਹਜਮ ਹੋ ਨਾ ਹਟਕੀ ਉਲਟੀਆਂ ਹਲਟੀਆਂ ਲੱਗਣ ਲੱਗੀਆਂ ਪੇਟ ਵਾਰੀ ਵਾਰੀ ਰਹਿਣ ਲੱਗ ਗਿਆ ਤਾਂ ਤੁਸੀਂ ਡਾਕਟਰ ਨੂੰ ਜਾ ਕੇ ਦਿਖਾਣਾ ਜੇ ਉਹਦੇ ਵਿੱਚ ਕੋਈ ਕੋਵਿਡ ਕਰਕੇ ਜਾਂ ਕਿਸੇ ਵੀ ਕਾਰਨ ਕਰਕੇ ਜਿਹੜੀ ਤਕਲੀਫ ਹੋਈ ਉਹਦਾ ਹੱਲ ਹੋ ਜਾਏਗਾ ਸੋ ਸਮੇਂ ਸਿਰ ਇਸ ਸਟਿਚਿੰਗ ਟਾਈਮ ਸੇਵ ਨਾ ਕਹਿੰਦਾ ਵਿੜੇ ਦਾ ਕੰਮ ਕਵੇਲੇ ਦੀ ਟੱਕਰ ਹੁਣ ਵਿੜਾ ਸਾਡੇ ਵਾਸਤੇ ਇਸ ਗੱਲ ਦਾ ਹੈ ਕਿ ਜੋ ਹੋ ਗਿਆ ਕੁਣਾ ਸਹੀ ਕੀ ਕਰਦੇ ਆ ਸਾਡੇ ਚਰਚਾ ਤੁਸੀਂ ਜਿਹਨੇ ਟੀਵੀ ਉਸ ਦੇ ਉੱਤੇ ਬੈਠੇ ਦੇਖੋ ਜਾਂ ਤਾਂ ਕਹਿੰਗੇ ਕੁਝ ਨਹੀਂ ਹੁੰਦਾ ਜਾਂ ਕਹਿੰਗੇ ਹਾਏ ਹਾਏ ਮਾਰੀ ਜਾਓਗੇ ਮੈਂ ਰੋਜ਼ ਦੇਖਦਾ ਇਹ ਗੱਲ ਇਹ ਦੋਨੇ ਗੱਲਾਂ ਗਲਤ ਨੇ ਨਾ ਤਾਂ ਇਹ ਟੀਕੇ ਦੇ ਨਾਲ ਇਹ ਆ ਵੀ ਕੁਝ ਵੀ ਨਹੀਂ ਹੁੰਦਾ ਨਾ ਇਹ ਆ ਵੀ ਤੁਸੀਂ ਜਮੇ ਮਾਰੇ ਜਾਓਗੇ ਹਰੇਕੀ ਜੇ ਮੰਨ ਲਓ ਵੀ 1 ਲੱਖ ਦੇ ਵਿੱਚ ਇੱਕ ਨੂੰ ਹੋਣਾ ਹੋਵੇ ਜੀ ਠੀਕ ਹੋ ਗਿਆ ਤੇ 17700 ਲੱਖ ਦੇ ਟੀਕੇ ਲੱਗੇ ਨੇ 17700 ਲੱਖ ਟੀਕ ਕਰ ਗਿਆ ਤਾਂ 17.5 ਲੱਖ ਨੂੰ ਹੀ ਹੋਇਆ ਨਾ ਦੇ ਡੱਕ ਚੋਂ ਨਾ 17.5 ਹਜ਼ਾਰ ਨੂੰ ਕਿੱਡੀ ਵੱਡੀ ਗੱਲ ਹੈ ਜੀ ਗਿਣਤੀ ਦੇ ਤੌਰ ਤੇ ਦੇਖੀਏ ਸੋ ਇਹ ਕਿਵੇਂ ਆਜੂਗਾ ਵੀ ਤੁਹਾਡੀ ਵਾਰੀ ਜ਼ਰੂਰ ਹੋਊਗੀ ਐਨੇ 177 ਕਰੋੜ ਚੋਂ ਤੁਹਾਡੀ ਵਾਰੀ ਐਡੀਸ਼ਨ ਕਿਵੇਂ ਆਜੂਗੀ ਸੋ ਪਰ ਭਾਵੇਂ ਤੇ ਕਿਸੇ ਦੀ ਵੀ ਆ ਸਕਦੀ ਹੈ ਨਾ ਆਪਾਂ ਨੂੰ ਪਤਾ ਤਾਂ ਹੈ ਨਹੀਂ ਇਹ ਇਸ ਕਰਕੇ ਜੇ ਤੁਹਾਨੂੰ ਇਹ ਹੋਵੇ ਵੀ ਕਿਤੇ ਤੁਹਾਡੀ ਵਾਰੀ ਆ ਤਾਂ ਨਹੀਂ ਰਹੀ ਉਹਦਾ ਤੁਹਾਨੂੰ ਪਹਿਲਾਂ ਨਿਸ਼ਾਨੀ ਪਤਾ ਲੱਗ ਜਾਂਦੀ ਹੈ ਕਹਿੰਦੇ ਕਮ ਹੀ ਗੇ ਇਵੈਂਟਸ ਕਾਸ देयर ਸ਼ੈਡੋਜ਼ ਬਿਫੋਰ ਠੀਕ ਹੈ ਉਹ ਜਿਹੜੀ ਸ਼ੈਦੋ ਹੈ ਉਹਨੂੰ ਸਮਝਣਾ ਸਿੱਖੋ ਵੀ ਹੁਣ ਅੱਗੇ ਆ ਹੋਣਾ ਉਹ ਸਮਝਣ ਦਾ ਜਿਵੇਂ ਅੱਗੇ ਹਿਸਾਬ ਲਾ ਲੈਂਦੇ ਲੋਗ ਵੀ ਜੇ ਹਵਾ ਠੰਡੀ ਚੱਬੀ ਹੈ ਤੇ ਹੁਣ ਬਰਸਾ ਹੋਊਗੀ ਠੀਕ ਹੈ ਜੇ ਜ਼ਿਆਦਾ ਗਰਮੀ ਪੈਂਦੀ ਸੀ ਕਹਿੰਦੇ ਹੁਣ ਨੇਰੀ ਆਊਗੀ ਹੁੰਦਾ ਅੰਦਾਜ਼ਾ ਸੀ ਨਾ ਹੁਣ ਇਹ ਅੰਦਾਜ਼ਾ ਲੋਣਾ ਵੀ ਜੇ ਚੱਕਰ ਆਈ ਜਾਣ ਹਟੇ ਨਾ ਸਿਰ ਦੁਖਣਾ ਚੱਕਰ ਬਹੁਤ ਜ਼ਿਆਦਾ ਆਉਂਦੇ ਹੋਣ ਜੇ ਛਾਤੀ ਚ ਦਰਦ ਬਹੁਤ ਜ਼ਿਆਦਾ ਹੁੰਦਾ ਹੋਵੇ ਜੇ ਸਾਹ ਬਹੁਤ ਜ਼ਿਆਦਾ ਸਾਡੇ ਨੀਕ ਲੱਕ ਚੜਨ ਲੱਗ ਜਾਈ ਜੇ ਤੁਹਾਡਾ ਨજર ਅੱਗੇ ਤੋਂ ਦਰਦ ਦਰਦ ਦਿਖਣ ਲੱਗ ਜਾਏ ਹੂੰ ਭੰਬੂ ਤਾਰੇ ਦੇਖਣ ਲੱਗ ਜਾਣ ਤੇ ਜੇ ਦਤਾਂ ਲਗਾਤਾਰ ਦਰਦ ਕਰੀ ਜਾਣ ਸੁਝ ਜਾਣ ਜੇ ਪੇਟ ਫੁੱਲਿਆ ਫੁੱਲਿਆ ਰਹੇ ਤੇ ਫਿਰ ਤੁਸੀਂ ਪਾਈ ਆਪਣੇ ਡਾਕਟਰ ਕੋਲ ਚਲੇ ਜਾਓ ਤੇ ਜਿਹੜੀ ਵੀ ਕੋਈ ਤਕਲੀਫ ਹੋ ਜੇ ਕੋਵਿਡ ਕਰਕੇ ਉਹ ਤਾਂ ਵੀ ਉਹ ਹੈਂਡਲ ਕਰ ਲੇਗਾ ਕਿਉਂਕਿ ਹੈਂਡਲ ਹੋ ਸਕਦੀ ਹੈ ਜੀ ਜੀ ਐਨੀ ਗੱਲ ਮੈਂ ਕਹਾਂਗਾ ਉਹ ਜਿਵੇਂ ਕਹਿੰਦੇ ਐਨੀ ਮੇਰੀ ਬਾਤ ਤੇ ਉੱਤੋਂ ਪੈ ਗਈ ਰਾਤ ਬਹੁਤ ਬਹੁਤ ਧੰਨਵਾਦ ਸਰ ਸ਼ੁਕਰੀਆ ਬਹੁਤ ਬਾਤ ਸ਼ੁਕਰੀਆ ਐ ਸਾਡੇ ਨਾਲ ਸੀਗੇ ਪਿਆਰਾ ਲਾਲ ਗਰਕ ਡਾਕਟਰ ਪਿਆਰਾ ਲਾਲ ਗਰਕ ਪਿਆਰਾ ਲਾਲ ਗਰਕ ਤਾਂ ਐਕਸਪਰਟ ਵੀ ਹੁੰਦੇ ਪਰ ਡਾਕਟਰ ਨੇ ਔਰ ਖਾਸ ਕਰਕੇ ਅੱਜ ਤਾਂ ਅਸੀਂ ਸਾਰੀ ਦੀ ਸਾਰੀ ਗੱਲ ਹੀ ਡਾਕਟਰੀ ਤੇ ਕੀਤੀ ਹੈ ਖਾਸ ਕਰਕੇ ਕਰੋਨਾ ਤੇ ਗੱਲ ਕੀਤੀ ਹੈ ਜੀ ਅਸੀਂ ਖਾਸ ਕਰਕੇ ਜਿਹੜਾ ਹੁਣ ਨਵੀਂ ਇੱਕ ਰਿਪੋਰਟ ਆਈ ਹੈ ਔਰ ਬਾਹਰ ਦੇ ਅਖਬਾਰ ਤੋਂ ਔਰ ਇੰਗਲੈਂਡ ਦੇ ਵਿੱਚ ਕਰੋਨਾ ਨੂੰ ਲੈ ਕੇ ਖਾਸ ਤੌਰ ਤੇ ਇੱਕ ਗੱਲ ਆਈ ਹੈ ਕਿ ਫਾਰਮਾ ਕੰਪਨੀ ਨੇ ਮੰਨਿਆ ਹੈ ਕਿ ਉਸ ਟਾਈਮ ਕੋਵਾਸ਼ੀਲ ਜਿਹੜੀ ਇੰਜੈਕਸ਼ਨ ਜਿਹੜਾ ਟੀਕਾ ਜੈਬਸ ਲੱਗੇ ਸੀ ਉਹਨਾਂ ਜੈਬਸ ਦੇ ਸਾਈਡ ਇਫੈਕਟਸ ਹੋਏ ਨੇ ਔਰ ਉਹਨਾਂ ਸਾਈਡ ਇਫੈਕਟਸ ਦੇ ਵਿੱਚ ਚਾਹੇ ਬ੍ਰੇਨ ਹੈਮਰੇਜ ਆ ਚਾਹੇ ਹਾਰਟ ਅਟੈਕਸ ਆਏ ਨੇ ਜਿਹਨੂੰ ਈਵਨ ਕਾਰਡਿਕ ਅਰੈਸਟ ਵੀ ਕਹਿੰਦੇ ਨੇ ਕਈ ਮੌਤਾਂ ਹੋਈਆਂ ਤੇ ਉਸ ਦੇ ਨਾਲ ਹੀ ਅਦਰੰਗ ਦੇ ਜਾਂ ਹੋਰ ਬਲੱਡ ਕਲੌਟ ਖਾਸ ਕਰਕੇ ਬਲੱਡ ਕਲੌਟ ਦੀ ਬਹੁਤ ਚਰਚਾ ਵੀ ਰਹੀ ਹੈ ਔਰ ਸ਼ੰਕੇ ਵੀ ਰਹੇ ਨੇ ਉਹਦਾਂ ਦੀਆਂ ਕੁਝ ਗੱਲਾਂ ਜਿਹੜੀਆਂ ਉਹਨਾਂ ਨੇ ਮੰਨੀਆਂ ਨੇ ਕਿ ਐਦਾਂ ਦੇ ਹੋਏ ਨੇ ਅਸਰ ਕੇ ਇਸ ਤੇ ਚਰਚਾ ਦੁਬਾਰਾ ਤੋਂ ਛਿੜੀ ਹੈ ਕੋਵਾ ਸ਼ੀਲਡ ਨੂੰ ਲੈ ਕੇ ਕੋਵਿਡ ਨੂੰ ਲੈ ਕੇ ਪਰ ਜਿੰਦੋਂ ਤੱਕ ਡਾਕਟਰ ਸਾਹਿਬ ਦੀ ਆਪਾਂ ਗੱਲ ਕਰੀਏ ਡਾਕਟਰ ਸਾਹਿਬ ਦਾ ਸਿੰਪਲ ਕਹਿਣਾ ਹੈ ਕਿ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੇ ਸਿੰਪਟਮਸ ਨੇ ਤਾਂ ਤੁਸੀਂ ਡਾਕਟਰ ਕੋਲ ਜਾਓ ਔਰ ਡਾਕਟਰ ਕੋਲ ਜਾ ਕੇ ਆਪਣਾ ਇਲਾਜ ਕਰਵਾਓ ਜੋ ਟੀਕਾ ਉਹ ਤਾਂ ਲੱਗ ਚੁੱਕਿਆ ਹੁਣ ਟੀਕਾ ਮੁਰਤਾ ਨਹੀਂ ਸਕਦਾ ਟੀਕੇ ਨੂੰ ਅਸੀਂ ਵਾਪਸ ਤਾਂ ਨਹੀਂ ਕਰ ਸਕਦੇ ਪਰ ਸ਼ੰਕਾ ਸ਼ੁਭਾ ਤਾਂ ਵੀ ਸੀ ਕਿਤਾਬਾਂ ਵੀ ਲਿਖੀਆਂ ਗਈਆਂ ਚਰਚਾ ਚ ਲਗਾਤਾਰ ਰਿਹਾ ਹੈ कोरोना ਵੀ ਤੇ ਕੋਵਾ ਸ਼ੀਲਡ ਵੀ ਤੇ ਜਿਹੜੀਆਂ ਬਾਕੀ ਜੈਪਸ ਵੀ ਬਣੀਆਂ ਸੀ ਜਿਹੜੇ ਇੰਜੈਕਸ਼ਨਸ ਹੋਰ ਵੀ ਬਣੇ ਸੀਗੇ ਪਰ ਬਾਵਜੂਦ ਉਸਤੇ ਜੇ ਹਜੇ ਵੀ ਕੋਈ ਤੁਹਾਨੂੰ ਪ੍ਰੋਬਲਮ ਹੈਗੀ ਤੇ ਡਾਕਟਰ ਕੋਲ ਜਾਓ ਸਲਾਹ ਡਾਕਟਰ ਦੀ ਇਹੀ ਹੈ ਪਰ ਜੇ ਗੱਲ ਕਰੀਏ ਤਾਂ ਇੱਕ ਐਸਾ ਐਕਸਪੈਰੀਮੈਂਟ ਸੀਗਾ ਜਿਹਦਾ ਭੁਗਤਾਨ ਲੋਕਾਂ ਨੂੰ ਕਰਨਾ ਪਿਆ ਹੁਣ ਕੁਦਰਤੀ ਸੀਗਾ ਜਾਂ ਫਿਰ ਇਨਸਾਨ ਨੇ ਆਪ ਹੀ ਇਹੋ ਜਿਹਾ ਕੋਈ ਵਾਇਰਸ ਬਣਾ ਕੇ ਛੱਡਿਆ ਸੀ ਇਹ ਵੀ ਹਜੇ ਰਿਸਰਚ ਦਾ ਤੇ ਪੂਰੇ ਤਰੀਕੇ ਦੇ ਨਾਲ ਹਜੇ ਸ਼ੰਕਾ ਸ਼ੁਭਾ ਸ਼ੰਕੀਆਂ ਦੇ ਵਿੱਚ ਇੱਕ ਤਿਆਰਦੀ ਹੋਈ ਗੱਲ ਹੈ ਪਰ ਆਪਣਾ ਧਿਆਨ ਰੱਖੋ بس ਇਹ ਹੀ ਕਹਿ ਸਕਦੇ ਆ ਪਰ ਇਸ ਖਬਰ ਤੇ ਅਸੀਂ ਨਜ਼ਰ ਬਣਾਈ ਹੋਈ ਸੀ ਤੇ ਅਸੀਂ ਚਾਹਦੇ ਸੀ ਕਿ ਇਸ ਤੇ ਡਿਸਕਸ ਤਾਂ ਜ਼ਰੂਰ ਕੀਤਾ ਜਾਏ ਗੱਬਰ ਪਰਸਨ ਸਰ ਜੀ ਦੇ ਨਾਲ ਵਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ 5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੋਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦਵਾਜ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ